ਸਾਡੇ ਬਹੁਤ ਸਾਰੇ ਚਰਚਸ ਚਲਾਏ ਜਾਂਦੇ ਨੇ, ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਜਿਹੜਾ ਵੀ ਮਜ਼ਹਬ ਆਪਣਾ ਤਬਦੀਲ ਕਰੋ, ਸਾਡੇ ਨਾਲ ਸ਼ਾਦੀਆਂ ਕਰੋ। ਉਹ ਵਿਚਾਰੀਆਂ ਗੁਰਬਤ ਦੀ ਵਜ੍ਹਾ ਤੋਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੀਆਂ ਨੇ, ਲੇਕਿਨ ਉਹਨਾਂ 'ਤੇ ਇਲਜ਼ਾਮ ਲਗਾ ਦਿੱਤੇ ਜਾਂਦੇ ਨੇ ਬਦਕਾਰੀ ਦੇ ਜਾਂ ਚੋਰੀ ਦੇ, ਅਤੇ ਫਿਰ ਉਹਨਾਂ ਨੂੰ ਮੁਖਤਲਿਫ ਤਰੀਕੇ ਨਾਲ ਫੋਰਸ ਕਰਕੇ ਝੂਠੇ ਜਿਹੜੇ ਕੇਸਿਸ ਨੇ ਬਣਾਏ ਜਾਂਦੇ ਨੇ। ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਸੱਚਾਈ ਨੂੰ ਜਾਵੋਗੇ ਤਾਂ ਸੱਚਾਈ ਤੁਹਾਨੂੰ ਕੀ ਕਰੇਗੀ? ਫਰੀਡਮ ਦੇਗੀ, ਆਜ਼ਾਦੀ ਦੇਗੀ। ਯੂ ਵਿਲ ਬੀ ਫਰੀ। ਖੁਦਾਵੰਦ ਦੇ ਮੁਬਾਰਕ ਅਜ਼ੀਮ ਜਲਾਲੀ ਨਾਮ ਵਿੱਚ ਸਲਾਮ, ਜੈ ਮਸੀਹ ਕੀ, ਔਰ ਵੈਲਕਮ ਟੂ ਦਾ ਪ੍ਰੋਗਰਾਮ ਜੀ ਆਇਆਂ ਨੂੰ। ਮੇਰੀ ਉਮੀਦ ਹੈਗੀ ਕਿ ਤੁਸੀਂ ਖੁਸ਼ਹਾਲ ਦੇ ਵਿੱਚ ਹੈਗੇ ਹੋ। ਅੱਜ ਮੇਰੇ ਮਹਿਮਾਨ ਹੈ ਪਾਦਰੀ ਅਜਮਲ। ਪਾਦਰੀ ਅਜਮਲ ਜੀ ਸੇਵਾ ਕਰਦੇ ਹੈ ਪਾਕਿਸਤਾਨ ਔਰ UK ਵਿੱਚ, ਔਰ CLM ਚਰਚ ਦੇ ਮਿਨਿਸਟਰ ਹੈ। ਇਹਨਾਂ ਦੀ ਸੇਵਾ ਖਾਸ ਕਰਕੇ ਗੈਰ ਮਸੀਹਾਂ ਦੇ ਨਾਲ ਹੈ। ਇਨ ਸ਼ੋਰਟ, ਹਿਸ ਮਿਸ਼ਨ ਇਨ ਲਾਈਫ ਇਜ਼ ਟੂ ਬਿਲਡ ਅਪ ਦਾ ਬਾਡੀ ਆਫ ਕ੍ਰਾਈਸਟ by forming relationships among people that don't know Jesus as their Lord and Savior. Pastor Ajmal ji, kis tarah eh seva karde hai gaya, aj apan inna nal gallan baatan karniyan aur sab kuch is program de vich apan dekhange. Ji aayan nu Paji sahab, thank you very much ji, toda bahut shukriya. Thank you ji, tusi apna keemti waqt kadd ke aaye hage Paji sahab, aur without wasting any more time, main ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਹੈਗੀਆਂ ਜੀ। ਮੈਂ ਹਾਜ਼ਰ ਹਾਂ ਜੀ, ਤੁਹਾਡੇ ਸਾਹਮਣੇ ਬੈਠਾ ਜੀ। ਮੈਂ ਐਕਸਾਈਟਿਡ ਹੈਗਾ ਹਾਂ ਕਿ ਵੀ ਅੱਜ ਕੱਲ੍ਹ ਵੀ 2019 ਦੇ ਵਿੱਚ ਪਰਸੀਕਿਊਸ਼ਨ ਇੰਨੀ ਆ ਮਸੀਹੀ ਭੈਣ ਭਰਾਵਾਂ ਨਾ ਜੀ, ਔਰ ਤੁਸੀਂ ਤਾਂ ਆਪ ਸ਼ਿਕਾਰ ਬਣੇ ਹੋਏ, ਮੈਂ ਉਹਦੇ ਬਾਰੇ ਇਹ ਗੱਲਾਂ ਕਰਨੀਆਂ। ਪਹਿਲਾਂ ਮੈਨੂੰ ਦੱਸੋ ਕਿ ਭਾਈ ਸਾਹਿਬ, ਵਾਟ ਇਜ਼ ਦ ਮਿਸ਼ਨ ਆਫ ਦਾ ਚਰਚ? ਵੀ ਚਰਚ ਦੀ ਮਿਸ਼ਨ ਕੀ ਹੈ, ਇਹ ਦੱਸੋ। ਚਰਚ ਦਾ ਅਗਰ ਅਸੀਂ ਬਾਈਬਲ ਦੀ ਰੂਹ ਨਾਲ ਜਾਂਦੇ ਹਾਂ ਤਾਂ ਚਰਚ ਜਿਹੜਾ ਵੇ ਉਹ ਖੁਦਾਵੰਦ ਯਿਸੂ ਮਸੀਹ ਦੀ ਇੱਕ ਦੂਲਾ ਨੇ ਕਲੀਸੀਆ ਦਾ ਨਾਮ ਹੈ। ਅਤੇ ਜਿਸ ਤਰ੍ਹਾਂ ਯਿਸੂ ਮਸੀਹ ਦੀ ਤਾਲੀਮ ਸਾਨੂੰ ਮਿਲੀ ਹੈ, ਯਿਸੂ ਮਸੀਹ ਨੇ ਆਪਣੀ ਜ਼ਿੰਦਗੀ ਦਾ ਨਮੂਨਾ ਦਿੱਤਾ ਵੇ, ਚਰਚ ਦਾ ਮਿਸ਼ਨ ਇਹ ਵੇ ਕਿ ਅਸੀਂ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਖੁਦਾ ਦਾ ਕਲਾਮ ਪਹੁੰਚਾਈਏ, ਔਰ ਉਹਨਾਂ ਨੂੰ ਖੁਦਾਵੰਦ ਦੇ ਕਲਾਮ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਨ ਦਾ ਜਿਹੜਾ ਵੇ ਉਹ ਦਰਸ, ਉਹ ਸਬਕ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚਾਈਏ। ਤਾਂ ਚਰਚ ਦਾ ਮੇਨ ਕੰਮ ਇਹ ਵੇ ਕਿ ਉਹ ਜਿਹੜੀਆਂ ਰੂਹਾਂ ਭਟਕੀਆਂ ਨੇ, ਖੁਦਾ ਤੋਂ ਦੂਰ ਨੇ, ਮੁਹੱਬਤ ਤੋਂ ਦੂਰ ਨੇ, ਜਾਂ ਉਹ ਬਹੁਤ ਸਾਰੀ ਮੁਸੀਬਤਾਂ ਦਾ ਸ਼ਿਕਾਰ ਹੈ, ਚਰਚ ਦਾ ਕੰਮ ਹੈ ਕਿ ਉਹਨਾਂ ਨੂੰ ਇਕੱਠਿਆਂ ਕਰਨਾ ਔਰ ਉਹਨਾਂ ਦੀ ਹਰ ਤਰ੍ਹਾਂ ਦੀ ਜਿਹੜੀ ਜ਼ਰੂਰਤ ਹੈ ਉਹਨੂੰ ਪੂਰਾ ਕਰਨਾ, ਔਰ ਖੁਦਾ ਦੇ ਕਲਾਮ ਦੇ ਮੁਤਾਬਕ, ਖੁਦਾ ਦੇ ਹੁਕਮਾਂ ਦੇ ਮੁਤਾਬਕ ਉਹਨਾਂ ਨੂੰ ਜ਼ਿੰਦਗੀ ਗੁਜ਼ਾਰਨ ਦਾ ਜਾਂ ਹਮਸਾਏ ਨੂੰ ਹਮਸਾਏ ਨਾਲ ਮੁਹੱਬਤ ਕਰਨ ਦਾ ਦਰਸ ਦੇਣਾ। ਕਿਆ ਬਾਤ ਜੀ! ਤੁਸੀਂ ਇਹ ਦੱਸੋ ਕਿ ਵਾਟ ਵੀ ਐਜ਼ ਅ ਪਾਸਟਰ ਜੀ, ਪਾਜੀ ਸਾਹਿਬ ਹੋ ਕੇ, ਤੁਹਾਨੂੰ ਬਹੁਤ ਸਾਰੇ ਚੈਲੇਂਜਸ ਵੀ ਆਉਂਦੇ ਹੋਣੇ ਜੀ, ਬਹੁਤ ਸਾਰੀਆਂ, ਕਿਉਂਕਿ ਖੁਦਾਵੰਦ ਯਿਸੂ ਮਸੀਹ ਨੇ ਐਵੇਂ ਨਹੀਂ ਸੀ ਗੱਲ ਕਹੀ ਕਿ ਤੂੰ ਆਪਣੀ ਖੁਦੀ ਨੂੰ ਮਾਰ ਅਤੇ ਆਪਣੀ ਸਲੀਬ ਚੁੱਕ, ਤੂੰ ਸਿਰਫ ਆਪਣੀ ਸਲੀਬ ਚੁੱਕ ਅਤੇ ਮੇਰੇ ਪਿੱਛੇ ਹੋ ਲਾ। ਅਗਰ ਅਸੀਂ ਯਿਸੂ ਮਸੀਹ ਦੀ 2019 ਸਾਲ ਪਹਿਲੇ ਉਹਨਾਂ ਦਾ ਜ਼ਿੰਦਗੀ, ਉਹਨਾਂ ਦਾ ਕਰੈਕਟਰ ਦੇਖਦੇ ਹਾਂ ਤਾਂ ਉਹਨਾਂ ਨੇ ਕੋਈ ਕਲਬੀ ਦੇ ਮੁਕਾਮ ਤੱਕ ਜਾਣ ਲਈ ਬੜੀਆਂ ਮੁਸੀਬਤਾਂ ਬਰਦਾਸ਼ਤ ਕੀਤੀਆਂ ਸੀ। ਅੱਜ ਅਗਰ ਅਸੀਂ ਯਿਸੂ ਮਸੀਹ ਦਾ ਸੇਵਕਾਰ ਹਾਂ ਔਰ ਆਪਾਂ ਪ੍ਰਚਾਰ ਕਰਨੇ ਪਏ ਤਾਂ ਸਾਨੂੰ ਬਹੁਤ ਸਾਰੇ ਚੈਲੇਂਜ ਨੇ, ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਮਸਾਇਲ ਨੇ, ਦਰਪੇਸ਼ ਨੇ, ਕਲੀਸੀਆ ਵਿੱਚੋਂ ਅਤੇ ਕਲੀਸੀਆ ਤੋਂ ਬਾਹਰ ਜਿਹੜਾ ਅਸੀਂ ਸ਼ਿਕਾਰ ਹਾਂ। ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਫੇਸ ਕਰਨੇ ਹਾਂ ਕਈ ਦਫ਼ਾ, ਕਿਉਂਕਿ ਅਸੀਂ ਇਨਸਾਨ ਹਾਂ ਅਤੇ ਇਨਸਾਨ ਜਿਹੜਾ ਵੇ ਉਹ ਫਿਜ਼ੀਕਲੀ ਤੌਰ 'ਤੇ ਖੁਦਾ ਦੇ ਕਲਾਮ ਦੇ ਮੁਤਾਬਕ ਇਹ ਕਮਜ਼ੋਰ ਰੂਹ ਵੇ, ਅਤੇ ਕਮਜ਼ੋਰ ਹੁੰਦੇ ਆ, ਕਦੇ ਕਦੇ ਅਸੀਂ ਬੜੇ ਅਪਸੈਟ ਵੀ ਹੋ ਜਾਂਦੇ ਹਾਂ, ਖੁਦਾ ਨਾਲ ਗਿਲੇ ਸ਼ਿਕਵੇ ਵੀ ਕਰਦੇ ਹਾਂ, ਸਟੇਅਰ ਕਰਦੇ ਹਾਂ, ਲੇਕਿਨ ਫਿਰ ਖੁਦਾ ਦਾ ਕਲਾਮ ਸਾਨੂੰ ਇਹਨਾਂ ਚੈਲੇਂਜ ਨਾਲ ਕਬੂਲ ਕਰਨ ਦੀ ਹਿੰਮਤ ਅਤੇ ਤਾਕਤ ਅਤਾ ਕਰਦਾ। ਅਤੇ ਐਜ਼ ਏ ਪਾਸਟਰ, ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਤਕਲੀਫਾਂ ਅਤੇ ਪਰੇਸ਼ਾਨੀਆਂ ਨਹੀਂ, ਹੋ ਕੈਨ ਯੂ ਕਾਲ ਦਾ ਸਰਵੈਂਟ ਆਫ ਗਾਡ, ਹੋ ਕੈਨ ਯੂ ਬੀ ਕਾਲ ਦਾ ਪਾਦਰੀ ਐਂਡ ਦਾ ਪਾਸਟਰਸ? ਯੈਸ, ਬਹੁਤ ਸਾਰੀਆਂ ਚੀਜ਼ਾਂ ਨੇ। ਪਾਸਟਰ ਜੀ, ਮੈਂ ਇੱਕ ਚੀਜ਼ ਆਪ ਵੈਸੇ ਨੋਟਿਸ ਕਰਦਾ ਹੁੰਦਾ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਇਸ ਧਰਤੀ 'ਤੇ ਤੁਰਦੇ ਫਿਰਦੇ ਸੀ, ਉਹਨਾਂ ਦੇ ਜਿਹੜੇ ਡਿਸਾਈਪਲਸ, ਉਹਨਾਂ ਦੇ ਚੇਲੇ ਤੁਰਦੇ ਫਿਰਦੇ ਸੀ ਜੀ, ਤਾਂ ਦੁਨੀਆ ਜਿਹੜੀ ਅਨਚਰਚ ਸੀ, ਮਤਲਬ ਵੀ ਜਿਹੜੀ ਨਹੀਂ ਜਾਣਦੇ ਸੀਗੇ ਮਸੀਹ ਨੂੰ, ਉਹ ਭੀੜ ਬਣ ਜਾਂਦੀ ਸੀ ਇੱਕਦਮ ਜੀ ਜੀ ਜੀ, ਉਹ ਬਹੁਤ ਸਾਰੇ ਇੱਕਦਮ ਹੀ ਇਕੱਠੇ ਹੋ ਜਾਂਦੇ ਸੀਗੇ। ਤੁਹਾਡੇ ਖਿਆਲ ਦੇ ਵਿੱਚ ਵੀ ਅੱਜ ਕੱਲ੍ਹ ਕਿਉਂ ਨਹੀਂ ਇਹ ਹੋ ਰਿਹਾ, ਕਿਉਂ ਨਹੀਂ ਆਪਣੇ ਚਰਚਿਸ ਜਿਹੜੇ ਹੈਗੇ ਦੀ ਅਨਚਰਚ, ਵਾਈ ਆਰਨਟ ਦੇ ਕਮਿੰਗ ਟੂ ਚਰਚ? ਇਹ ਚੀਜ਼ ਦਾ ਇਸ ਤਰ੍ਹਾਂ ਕਿ ਜਿਹਨੂੰ ਯਿਸੂ ਮਸੀਹ ਇਸ ਦੁਨੀਆਂ 'ਚ ਆਏ ਅਤੇ ਯਿਸੂ ਮਸੀਹ ਦਾ ਨਾਂ ਹੀ ਬੜਾ ਪਿਆਰਾ ਹੈ। ਅੱਜ ਵੀ ਦੁਨੀਆ ਇਕੱਠੀ ਜ਼ਰੂਰ ਹੁੰਦੀ ਹੈ, ਲੇਕਿਨ ਦੁਨੀਆ ਨੂੰ ਜਿਹੜੇ ਅੱਜ ਦੇ ਇੱਥੇ ਦੁਨੀਆਦਾਰੀ ਦੇ ਲੋਕ ਨੇ ਜਿਹੜੇ ਖਿਦਮਤਾਂ ਦੇ ਵਿੱਚ ਮਸਰੂਫ ਨੇ, ਉਹਨਾਂ ਨੇ ਬਹੁਤ ਸਾਰੀਆਂ ਉਹਨਾਂ ਨੂੰ ਮੁਸੀਬਤਾਂ 'ਚ ਜਾਂ ਬਹੁਤ ਸਾਰੀਆਂ ਤਾਲੀਮਾਂ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਹੋਇਆ, ਸ਼ਰਤਾਂ ਲਾਈਆਂ, ਸ਼ਰਤਾਂ ਲੱਗੀਆਂ, ਉਹ ਸ਼ਰਤਾਂ ਦੀ ਵਜ੍ਹਾ ਤੋਂ ਉਹ ਨਾ ਫਿਰ ਖੁਦਾ ਤੋਂ ਵੀ, ਚਰਚਾਂ ਤੋਂ ਵੀ ਦੂਰ ਹੋ ਜਾਂਦੇ ਨੇ।
ਅੱਜ ਵੀ ਯਿਸੂ ਮਸੀਹ ਦਾ ਜਿੱਥੇ ਵੀ ਨਾਂ ਇੰਡੀਆ, ਪਾਕਿਸਤਾਨ, ਇੰਗਲੈਂਡ, ਜਿੱਥੇ ਵੀ ਨਾਂ ਚੱਲਦਾ, ਲੋਕ ਉਂਝ ਯਿਸੂ ਮਸੀਹ ਨੂੰ ਪਿਆਰ ਕਰਦੇ ਨੇ, ਉਂਝ ਉਹਨਾਂ ਕੋਲ ਮੋਜ਼ੇ ਲੈਣ ਲਈ ਆਉਂਦੇ ਨੇ ਅਤੇ ਉਂਝ ਨਜਾਤ ਲੈਣਾ ਚਾਹੁੰਦੇ ਨੇ। ਲੇਕਿਨ ਕਿਉਂਕਿ ਬਹੁਤ ਸਾਰੀਆਂ ਡਿਨੋਮੀਨੇਸ਼ਨਾਂ ਜਾਂ ਬਹੁਤ ਸਾਰੇ ਸਿਸਟਮ ਦੀ ਵਜ੍ਹਾ ਤੋਂ ਬਹੁਤ ਸਾਰੇ ਮੁਸ਼ਕਲਾਂ ਨੇ, ਜਿਹਦੀ ਵਜ੍ਹਾ ਤੋਂ ਲੋਕ ਫਿਰ ਜ਼ਰਾ ਥੋੜ੍ਹਾ ਜਿਹਾ ਪਿੱਛੇ ਹੋ ਜਾਂਦੇ। ਕਿਉਂਕਿ ਜਿਹਨੂੰ ਮੈਂ ਉਹਨਾਂ ਨੂੰ ਕੋਈ ਗੱਲ ਦੱਸਣਾ ਵਾਂ ਖੁਦਾ ਦੇ ਕਲਾਮ 'ਚੋਂ, ਤਾਂ ਦੂਸਰੇ ਕੋਲ ਜਾਂਦੇ ਨੇ ਅਤੇ ਉਹ ਲੈਦਾ ਗੱਲ ਦੱਸ ਦਿੰਦਾ, ਜਿੰਨੇ ਵਜ੍ਹਾ ਤੋਂ ਉਹਨਾਂ ਦੇ ਵਿੱਚ ਤਰੋੜ ਮਰੋੜ ਆ ਜਾਂਦੀ ਹੈ ਤਾਂ ਕਈ ਦਫ਼ਾ ਕਈ ਸਵਾਲ ਅਤੇ ਚੀਜ਼ਾਂ ਉਹਨਾਂ ਨੂੰ ਪਿੱਛੇ ਕਰ ਦਿੰਦੀਆਂ ਨੇ। ਕਾਫੀ ਹੈਵੀ ਅੱਜ ਕੱਲ੍ਹ ਸ਼ੈਪਰਡਿੰਗ ਹੋ ਰਹੀ ਹੈਗੀ ਆ ਜੀ ਕਲੀਸੀਆ ਦੇ ਵਿੱਚ ਵੀ, ਮਤਲਬ ਵੀ ਇੱਥੋਂ ਤਾਂ ਹੀ, ਮਾਫ਼ ਕਰਨਾ ਕਿ ਮੈਂ ਵੀ ਪਾਸਟਰ ਹਾਂ, ਤਾਂ ਇੱਥੋਂ ਤਾਂ ਹੀ ਕਿ ਜੇ ਤੁਸੀਂ ਕਿਸੇ ਨੂੰ ਕਹਿੰਦੇ ਵੀ ਆ ਵੀ ਗਵਾਈਆਂ ਦੇਵੋ ਜਾਂ ਕੁਛ, ਉਹ ਇੱਥੋਂ ਤਾਂ ਜਿੱਦਾਂ ਕਹਿੰਦੇ ਹੁੰਦੇ ਬੰਨੇ ਹੋਏ ਹੈਗੇ, ਹੈਵੀ ਸ਼ੈਪਰਟਿੰਗ ਹੋਈ ਹੈਗੀ ਕਿ ਨਹੀਂ ਮੈਂ ਉਨ੍ਹਾਂ ਚਿਕਰ ਨਹੀਂ ਜਾ ਸਕਦਾ ਜਾ ਸਕਦੀ ਜਿੰਨਾ ਚਿਕਰ ਮੈਂ ਆਪਣੇ ਪਾਸਟਰ ਦੀ ਪਰਮਿਸ਼ਨ ਨਹੀਂ ਲੈ ਸਕਦੀ ਜਾਂ ਲੈਣਾ। ਇਹ ਤੁਹਾਡੇ ਖਿਆਲ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ, ਇਹਨਾਂ ਨੂੰ ਆਪਾਂ ਕਿੱਦਾਂ ਕਲੈਰੀਫਾਈ ਕਰ ਸਕਦੇ? ਇਸ ਵੇਲੇ ਹਜ਼ਾਰਾਂ ਇਨਫੈਕਟ ਉਡਾਉਣ ਦੀ ਦੁਨੀਆ ਸੁਣ ਰਹੀ ਹੈ, ਦੇਖ ਰਹੀ ਹੈ ਕਿ ਹਾਊ ਵੁੱਡ ਯੂ ਐਡਵਾਈਜ਼, ਤੁਸੀਂ ਕੀ ਕਰੋਗੇ? ਮੈਂ ਇਹ ਕਹਾਂਗਾ ਕਿ ਅਸੀਂ, ਸਾਨੂੰ ਅੱਛੇ ਸ਼ੈਪਰਡ ਹੁੰਦੇ ਆ, ਅੱਛੇ ਪਾਦਰੀ, ਅੱਛੇ ਖੁਦਾ ਦੇ ਸੇਵਕਾਰ ਹੁੰਦੇ ਆ, ਸਾਨੂੰ ਜਿਹੜੀਆਂ ਖਾਲਸ ਚੀਜ਼ਾਂ ਖੁਦਾ ਦੇ ਕਲਾਮ ਦੇ ਮੁਤਾਬਕ ਹੈ ਉਹਨਾਂ ਨੂੰ ਨਹੀਂ। ਅਸੀਂ ਜਿਹੜੀਆਂ ਲਿਮੀਟੇਸ਼ਨ ਜਾਂ ਜਿਹੜੀਆਂ ਕੰਡੀਸ਼ਨਾਂ ਲਾਉਂਦੇ ਹਾਂ ਉਹ ਸਾਨੂੰ ਚਰਚ ਦੀ ਬਾਉਂਡਰੀ ਤੱਕ ਹੋਣੀਆਂ ਚਾਹੀਦੀਆਂ, ਉਹਦੀ ਪ੍ਰਾਪਰਟੀ ਲਈ, ਉਹਦੀਆਂ ਦੂਸਰੀਆਂ ਦੇਖਭਾਲ ਦੀਆਂ ਚੀਜ਼ਾਂ ਦੀਆਂ। ਲੇਕਿਨ ਜਿੱਥੇ ਈਮਾਨ ਦੀ ਗੱਲ ਆਉਂਦੀ ਹੈ ਉਹਨਾਂ ਨੂੰ ਖੁਦਾ ਦੇ ਕਲਾਮ ਦੀ ਖਾਲਸ ਚੀਜ਼ਾਂ ਦੱਸਣੀਆਂ ਨੇ ਔਰ ਉਹਨਾਂ ਦੇ ਵਿੱਚ ਬਹਾਦਰੀ ਦੀ ਰੂਹ ਜਿਹੜੀ ਹੈ ਉਹ ਪੈਦਾ ਕਰਨੀ ਹੈ ਤਾਂ ਕਿ ਉਹਨਾਂ ਦੀ ਜ਼ਿੰਦਗੀ 'ਚ, ਖੁਦਾ ਨੇ ਅਗਰ ਬਿਮਾਰੀ ਤੋਂ ਉਹਨਾਂ ਨੂੰ ਹੀਲ ਕੀਤਾ, ਉਹਨਾਂ ਦੀ ਜ਼ਿੰਦਗੀ 'ਚ ਕੋਈ ਮੌਜਜ਼ਾ ਕੀਤਾ, ਮਿਰੇਕਲ ਕੀਤਾ, ਤਾਂ ਫਿਰ ਉਹਨਾਂ ਉੱਤੇ ਇਹ ਲਿਮਿਟੇਸ਼ਨ ਨਹੀਂ ਹੋਣਾ ਚਾਹੀਦਾ, ਉਹਨਾਂ ਦੱਸਣਾ ਚਾਹੀਦਾ ਮੈਂ ਕਿਸ ਚਰਚ ਦਾ ਵਾਂ। ਉਹਨੂੰ ਸਿਰਫ ਤਾਰੀਫ ਖੁਦਾ ਦੇ ਬੇਟੇ ਯਿਸੂ ਮਸੀਹ ਦਾਸੀ ਦੇ ਨਾਂ ਨੂੰ ਕਰਨੀ ਪਏਗੀ, ਪਾਦਰੀ ਦੇ ਨਾਂ ਨੂੰ ਨਹੀਂ, ਕਿਉਂਕਿ ਨਜਾਤ ਯਿਸੂ ਮਸੀਹ ਕੋਲ ਹੈ, ਪਾਦਰੀ ਕੋਲ ਨਹੀਂ ਹੈ। ਮੈਂ ਖੁਦਾ ਦੇ ਕਲਾਮ 'ਚ ਲਿਖਿਆ ਸੱਚਾਈ ਨੂੰ ਜਾਵੋਗੇ ਤਾਂ ਸੱਚਾਈ ਤੁਹਾਨੂੰ ਕੀ ਕਰੇਗੀ? ਫਰੀਡਮ ਦੇਗੀ, ਆਜ਼ਾਦੀ ਦੇਗੀ, ਯੂ ਵਿਲ ਬੀ ਫਰੀ, ਤੁਸੀਂ ਫਰੀ ਹੋਵੋਗੇ। ਹਾਂਜੀ, ਅਤੇ ਅਸੀਂ ਫਰੀ ਹੋਣਾ ਚਾਹੁੰਦੇ ਹਾਂ ਖੁਦਾ ਦੇ ਕਲਾਮ ਦੇ ਨਾਲ, ਬੰਦਿਆਂ ਦੇ ਕਲਾਮ ਦੇ ਨਾਲ ਨਹੀਂ। ਕਿਉਂਕਿ ਮੇਰਾ ਕਲਾਮ, ਮੈਂ ਇੱਕ ਬੰਦਾ ਵਾਂ ਜਾਂ ਕਹਿ ਲਓ ਕਿ ਮੈਂ ਇਨਸਾਨ ਹਾਂ, ਮੇਰੀਆਂ ਚੀਜ਼ਾਂ ਗਲਤ ਹੋ ਸਕਦੀਆਂ, ਪਰ ਇਹ ਜਿਹੜਾ ਕਲਾਮ ਹੈ, ਜਿਹੜਾ ਵਚਨ ਹੈ, ਵਚਨ ਹੈ, ਉਹ ਕਦੀ ਗਲਤ ਨਹੀਂ ਹੋ ਸਕਦਾ, ਗਲਤ ਨਹੀਂ ਹੋ ਸਕਦਾ। ਸਾਨੂੰ ਗਲਤ ਚੀਜ਼ਾਂ ਨਹੀਂ ਰੂਹਾਂ ਨੂੰ ਲਾਉਣਾ, ਸਹੀ ਆ ਲਾਉਣੀ ਹੈ ਤਾਂ ਕਿ ਕੱਲ੍ਹ ਨੂੰ ਅਸੀਂ ਇਸ ਦੁਨੀਆਂ ਦੇ ਵਿੱਚ 50 ਸਾਲਾਂ, 60 ਸਾਲਾਂ, 70 ਸਾਲਾਂ ਆਖਰ ਨੂੰ ਫਨਾ, ਲੇਕਿਨ ਇਹ ਸਦਾ ਤੱਕ ਰਹੇਗਾ। ਅਤੇ ਉਹ ਚੀਜ਼ਾਂ ਸਿਖਾਉਣੀਆਂ ਜਿਹੜੀਆਂ ਨਸਲ ਨਾ ਨਸਲ, ਜਨਰੇਸ਼ਨ ਟੂ ਜਨਰੇਸ਼ਨ ਲੋਕਾਂ ਤੱਕ ਸਹੀ ਤਰੀਕੇ ਨਾਲ, ਖਾਲਸ ਤਰੀਕੇ ਨਾਲ ਪਹੁੰਚ ਸਕਣ। ਆਮੇਨ। ਜਨਰੇਸ਼ਨ ਦੀ ਗੱਲ ਕੀਤੀ ਹੈਗੀ ਭਾਜੀ ਸਾਹਿਬ, ਮੈਂ ਤੁਹਾਨੂੰ ਵਾਪਸ ਮੁੜ ਕੇ ਲੈ ਕੇ ਜਾਣਾ ਚਾਹੁੰਦਾ ਕਿ ਤੁਹਾਡੀ ਜਨਰੇਸ਼ਨ, ਤੁਹਾਡੀ ਪੀੜ੍ਹੀ, ਤੁਸੀਂ ਪੈਦਾਇਸ਼ ਕਿੱਥੇ ਲਈ, ਕਿਸ ਤਰ੍ਹਾਂ ਤੁਸੀਂ ਇਸ ਦੁਨੀਆਂ ਦੇ ਵਿੱਚ ਆਏ ਔਰ ਕਿੱਥੇ ਤੁਹਾਡੀ ਵੀ, ਮਤਲਬ ਕਿਹੜੀ ਸਿਟੀ ਦੇ ਵਿੱਚ, ਕਿਹੜੀ, ਦੱਸੋ ਸਾਨੂੰ। ਮੈਂ ਪਾਕਿਸਤਾਨ ਦੇ ਤੀਜੇ ਵੱਡੇ ਸ਼ਹਿਰ ਫੈਸਲਾਬਾਦ, ਜਿਹਨੂੰ 1970 ਤੋਂ ਪਹਿਲੇ ਲੈਲਪੁਰ ਦਾ ਕਿਹਾ ਜਾਂਦਾ ਸੀ, ਲੇਕਿਨ ਬਾਅਦ 'ਚ ਉਹਨੂੰ ਫੈਸਲਾਬਾਦ ਦਾ ਨਾਂ ਦਿੱਤਾ। ਇੱਕ ਵੱਡਾ ਸ਼ਹਿਰ ਹੈ, 37 ਸ਼ਹਿਰ ਹੈ, ਉਹਨੂੰ ਉੱਥੇ ਮਾਨਚੈਸਟਰ ਵੀ ਕਹਿ ਲੈਂਦੇ ਆ, ਬੜਾ ਕਮਰਸ਼ੀਅਲ ਜਿਹਾ ਸ਼ਹਿਰ ਹੈ। ਮੇਰੀ ਪੈਦਾਇਸ਼ ਉੱਥੇ ਬਿਲਕੁਲ ਸਿਟੀ ਦਾ ਏਰੀਆ, ਕ੍ਰਿਸਚਨ ਟਾਊਨ ਫੈਸਲਾਬਾਦ, ਉੱਥੇ ਮੇਰੀ ਪੈਦਾਇਸ਼ ਹੋਈ ਹੈ। ਮੇਰੇ ਵਾਲਿਦ ਸਾਹਿਬ ਇੱਕ ਬੜੇ ਸੋਸ਼ਲ ਵਰਕਰ ਅਤੇ ਸਰਮਾ ਹੈੱਡ ਆਪਰੇਟਰ ਸੀ, ਲਾਈਕ ਟੂ ਇੰਜੀਨੀਅਰ, ਅਤੇ ਮੇਰਾ ਫੈਮਿਲੀ ਦੇ ਵਿੱਚ 7ਵਾਂ ਨੰਬਰ ਹੈ। ਅਸੀਂ ਵੈਸੇ 12 ਭੈਣ ਭਰਾ, ਕਾਫੀ ਵੱਡੀ ਫੈਮਿਲੀ ਹੈ, 7 ਮੇਰੀਆਂ ਭੈਣਾਂ ਅਤੇ 5 ਮੇਰੇ ਭਰਾ ਨੇ। ਮੇਰੇ ਤੋਂ ਛੋਟਾ ਵੀ ਜਿਹੜਾ ਉਹ ਪ੍ਰੀਸਟ ਹੈ, ਉਹ ਫਾਦਰ ਹੈ, ਪਹਿਲਾ ਪਾਕਿਸਤਾਨੀ ਜਿਹੜਾ ਹੈ ਉਹ ਫਾਦਰ ਬਣਿਆ ਪੈਰਿਸ ਫਰਾਂਸ ਦੇ ਵਿੱਚ ਫ੍ਰੈਂਚ ਜ਼ਬਾਨ ਦੇ ਵਿੱਚ। ਮੇਰੇ ਤੋਂ 2 ਵੱਡੇ ਨੇ, ਐਡਵੋਕੇਟ ਨੇ, ਅਤੇ ਬਾਕੀ ਸਿਸਟਰਾਂ ਵਗੈਰਾ ਨੇ ਫੈਮਿਲੀ। ਨਨਕਾਣਾ ਸਾਹਿਬ ਬਿਲਕੁਲ ਸਾਡੇ ਕਰੀਬ ਹੀ ਹੈ, ਅਤੇ ਸਿੱਖ ਭਗਤ ਸਿੰਘ ਦਾ ਪਿੰਡ ਵੀ ਉੱਥੇ ਹੀ ਹੈ, ਅਤੇ ਬਹੁਤ ਸਾਰੇ ਉੱਥੇ ਸੇਵਕ ਆ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ, ਉੱਥੇ 13 ਦੀ ਤਾਦਾਦ ਨਾਲ ਆਉਂਦੇ ਨੇ ਜੀ, ਤਾਂ ਬੜਾ ਮਸ਼ਹੂਰ ਹੈ। ਅਤੇ ਤੈਨੂੰ ਖੁਦਾਵੰਦ ਨੇ ਫਿਰ ਮਿਨਿਸਟਰੀ ਦੇ ਵਿੱਚ ਕਿੱਦਾਂ ਲੈ ਆਉਂਦੇ? ਹਾਂ, ਇਹ ਤੁਸੀਂ ਬੜਾ ਪਿਆਰਾ ਸਵਾਲ ਮੇਰੇ ਕੋਲ ਪੁੱਛਿਆ ਵੇ। ਮੈਂ ਰੋਮਨ ਕੈਥੋਲਿਕ ਦੀ ਤਾਲੀਮ 'ਤੇ ਪੂਰੀ ਤਰ੍ਹਾਂ ਪਾਬੰਦ ਸਾਂ, ਅਤੇ ਲੇਕਿਨ ਖੁਦਾ ਦੇ ਜਿਹੜੇ ਕਲਾਮ ਦੀਆਂ ਸੱਚਾਈਆਂ ਸੀ, ਜਿਹੜਾ ਆਇਨਾ ਸੀ, ਸ਼ੀਸ਼ਾ ਸੀ, ਉਹ ਨਹੀਂ ਸੀ ਕਦੀ ਗਹਿਰਾਈ ਨਾਲ ਨਹੀਂ ਸੀ ਵੇਖਿਆ ਕਿ ਖੁਦਾ ਦਾ ਕਲਾਮ ਕਿੱਥੇ ਵੇ ਅਤੇ ਮੈਂ ਕਿੱਥੇ ਹਾਂ। ਮੈਨੂੰ ਯਾਦ ਹੈ ਕਿ 1994 ਤੋਂ ਬਾਅਦ ਮੈਂ ਅੱਛੇ ਅੱਛੇ ਜਿਹੜੇ ਪ੍ਰੀਚਰ ਸਨ ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ, ਜਾਂ ਵੱਡੇ ਕਰੂਸਟ ਅਤੇ ਕਨਵੈਨਸ਼ਨ 'ਤੇ ਜਾਣ ਦਾ ਮੌਕਾ ਮਿਲਿਆ। ਅਤੇ ਜਦੋਂ ਉਹ ਕਲਾਮ ਸੁਣਾਉਂਦੇ ਸੀ ਤਾਂ ਮੈਨੂੰ ਅੰਦਰੋਂ ਕੋਈ ਚੀਜ਼ ਖਿੱਚਦੀ ਸੀ ਕਿ ਤੂੰ ਕਿੱਥੇ ਐਵੇਂ ਅਤੇ ਕਲਾਮ ਕਿੱਥੇ ਐਵੇਂ। ਮੈਨੂੰ ਬਹੁਤ ਅੱਛੀ ਤਰ੍ਹਾਂ ਯਾਦ ਹੈ ਉਹ ਦਿਨ ਜਦੋਂ ਖੁਦਾ ਮੈਨੂੰ ਆਪਣੇ ਲਈ ਤਿਆਰ ਕਰਦਾ ਪਿਆ ਸੀ। ਮੈਨੂੰ ਸਭ ਤੋਂ ਪਹਿਲਾਂ ਮੇਰੇ ਲਈ ਕੌਲ ਫੈਸਲਾਬਾਦ ਦੇ ਮਸ਼ਹੂਰ ਬਿਸ਼ਪ, ਬਿਸ਼ਪ ਜਾਨ ਜੋਜ਼ਫ, ਕੈਥੋਲਿਕ ਬਿਸ਼ਪ ਸੀ, ਔਰ ਉਹਨਾਂ ਨੇ ਆਪਣੀ ਪਰਸੀਕਿਊਸ਼ਨ ਦੇ ਖਿਲਾਫ਼ ਜਿਹੜੇ ਕਾਨੂੰਨ ਨੇ ਉਹਨਾਂ ਦੇ ਖਿਲਾਫ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਸ਼ਹੀਦ ਵੀ ਕੀਤਾ ਇਸ ਕਾਨੂੰਨ ਦੇ ਖਿਲਾਫ਼। ਉਹਨਾਂ ਨੇ ਕਿਹਾ ਕਿ ਮੈਨੂੰ ਖੁਦਾ ਨੇ ਡ੍ਰੀਮ ਦਿੱਤਾ ਕਿ ਤੂੰ ਖੁਦਾ ਦੀ ਖਿਦਮਤ 'ਚ ਆਏਗਾ। ਉਹਨਾਂ ਮੈਨੂੰ ਫਾਦਰ ਬਣਨ ਲਈ ਕਿਹਾ, ਲੇਕਿਨ ਮੈਂ ਕਿਹਾ ਜੀ ਮੈਂ ਇਸ ਕਾਬਲ ਨਹੀਂ ਹੈ। ਉਹ ਤੋਂ ਬਾਅਦ ਫਿਰ ਦੂਸਰੀ ਤੀਸਰੀ ਵਾਰੀ ਕਿਸੇ ਨੇ ਮੈਨੂੰ ਕਾਲ ਕੀਤੀ, ਲੇਕਿਨ
ਮੈਂ ਉਸ ਵਕਤ ਆਪਣੇ ਆਪ ਨੂੰ ਤਬਦੀਲ ਕੀਤਾ ਜਿਹਨੂੰ ਖੁਦਾ ਦੇ ਕਲਾਮ ਨੇ ਚੰਗੀ ਤਰ੍ਹਾਂ ਮੈਨੂੰ ਝਿਨਝੋੜਿਆ ਕਿ ਤੂੰ ਕਿੱਥੇ ਖਲੋਤਾ ਹੈ, ਕਿਹੜੀਆਂ ਚੀਜ਼ਾਂ ਦਾ ਸ਼ਿਕਾਰ ਹੈ, ਤੂੰ ਤਾਂ ਮੇਰੇ ਤੋਂ ਬਹੁਤ ਦੂਰ ਹੈ, ਤੈਨੂੰ ਸਿਰਫ ਇਹ ਜਿਹੜੀਆਂ ਚੀਜ਼ਾਂ ਨੇ ਬਸ ਇੰਨੀਆਂ ਦਾ ਹੀ ਪਤਾ ਵੇ, ਲੇਕਿਨ ਤੈਨੂੰ ਆਇਨਿਆਂ ਦਾ ਨਹੀਂ ਪਤਾ, ਸਹੀ ਸੱਚਾਈ ਦਾ ਨਹੀਂ ਪਤਾ, ਤੂੰ ਮੇਰੇ ਵੱਲ ਆ ਅਤੇ ਤੈਨੂੰ ਮੈਂ ਆਪਣਾ ਸੇਵਕਾਰ ਬਣਾ ਲਵੇ ਅਤੇ ਤੂੰ ਰੂਹਾਂ ਜਿੱਤਣੀਆਂ ਨੇ। ਅਤੇ ਫਿਰ ਮੈਂ ਖੁਦਾਵੰਦ ਯਿਸੂ ਮਸੀਹ ਨੂੰ ਦਿਲ ਜਾਨ ਅਤੇ ਤਾਕਤ ਨਾਲ ਕਬੂਲ ਕੀਤਾ ਹੈ ਅਤੇ ਹੁਣ ਤੱਕ ਯਿਸੂ ਦੇ ਫਜ਼ਲ ਦੇ ਵਿੱਚ ਚਲਾਉਂਦੇ ਹਾਂ ਜੀ। ਕਾਫੀ ਫਿਰ ਇਹਦਾ ਮਤਲਬ ਚੇਂਜ ਹੋਈ ਜੀ, ਬਹੁਤ ਜ਼ਿਆਦਾ ਤਬਦੀਲੀ ਜੀ ਮੇਰੀ ਜ਼ਿੰਦਗੀ 'ਚ। ਮੈਂ ਕਹਿ ਸਕਦਾ ਵਾਂ ਕਿ ਮੈਂ ਇਸ ਲਾਈਨ ਦਾ ਨਹੀਂ ਸਾਂ, ਲੇਕਿਨ ਖੁਦਾ ਦੇ ਕਲਾਮ ਨੇ ਮੈਨੂੰ ਲੈ ਆਉਂਦਾ ਰਿਹਾ, ਮੈਂ ਨਹੀਂ ਸਾਂ ਇਸ ਲਾਈਨ ਦਾ ਆਇਆ, ਲੇਕਿਨ ਯਿਸੂ ਨੇ ਮੈਨੂੰ ਫੜ ਲਿਆ। ਅੱਛਾ ਭਾਈ ਸਾਹਿਬ, ਤੈਨੂੰ ਫਿਰ ਪਰਸੀਕਿਊਸ਼ਨ ਵੀ ਹੋਈ ਹੋਊਗੀ ਜੀ? ਮੈਂ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਪਾਕਿਸਤਾਨ ਦੀ ਅਗਰ ਹਿਸਟਰੀ ਵੇਖਦੇ ਹਾਂ ਤਾਂ ਪਾਕਿਸਤਾਨ ਜਿਹੜਾ ਵੀ 70 ਸਾਲ ਤੋਂ ਵੀ 70-75 ਸਾਲ ਹੋ ਗਏ ਨੇ ਇਹਨੂੰ ਸਾਨੂੰ ਆਜ਼ਾਦੀ ਮਿਲਿਆ। ਅਸੀਂ ਪਾਕਿਸਤਾਨ ਤੋਂ ਜਿਹਨਾਂ ਦਾ ਵਜੂਦ ਆਇਆ ਉਸੇ ਦੌਰਾਨ ਹੀ ਅਸੀਂ ਪਾਕਿਸਤਾਨ 'ਚ ਮਸੀਹਾਂ ਦੀ ਜਾਂ ਜਿਹੜੀ ਉੱਥੇ ਮਨੋਰਟੀ ਨੇ ਉਹਨਾਂ ਦੀ ਹਿਸਟਰੀ ਵੇਖ ਰਹੇ ਹਾਂ। ਖਾਸ ਕਰ ਮੈਂ ਤਾਂ ਆਪਣੇ ਕ੍ਰਿਸਚਨ ਦੀ ਗੱਲ ਕਰਾਂਗਾ ਜੀ ਜੀ, ਸਾਡੇ ਬਹੁਤ ਸਾਰੇ ਚਰਚਸ ਚਲਾਏ ਜਾਂਦੇ ਨੇ, ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਜਿਹੜਾ ਵੀ ਮਜ਼ਹਬ ਆਪਣਾ ਤਬਦੀਲ ਕਰੋ, ਸਾਡੇ ਨਾਲ ਸ਼ਾਦੀਆਂ ਕਰੋ। ਉਹ ਵਿਚਾਰੀਆਂ ਗੁਰਬਤ ਦੀ ਵਜ੍ਹਾ ਤੋਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੀਆਂ ਨੇ, ਲੇਕਿਨ ਉਹਨਾਂ 'ਤੇ ਇਲਜ਼ਾਮ ਲਗਾ ਦਿੱਤੇ ਜਾਂਦੇ ਨੇ ਬਦਕਾਰੀ ਦੇ ਜਾਂ ਚੋਰੀ ਦੇ, ਅਤੇ ਫਿਰ ਉਹਨਾਂ ਨੂੰ ਮੁਖਤਲਿਫ ਤਰੀਕੇ ਨਾਲ ਫੋਰਸ ਕਰਕੇ ਝੂਠੇ ਜਿਹੜੇ ਕੇਸਿਸ ਨੇ ਬਣਾਏ ਜਾਂਦੇ ਨੇ। ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਬਹੁਤ ਸਾਰੇ ਝੂਠੇ ਕੇਸਿਸ ਨੇ। ਹਾਲ ਦੇ ਵਿੱਚ ਹੀ ਤੁਹਾਡੇ ਸਾਹਮਣੇ ਇੱਕ ਐਡਾ ਵੱਡਾ ਕੇਸ ਜਿਹੜਾ ਵੇ ਪੂਰੀ ਦੁਨੀਆ ਨੇ ਵੇਖਿਆ ਕਿ ਸਾਡੀ ਇੱਕ ਭੈਣ ਜਿਹਦਾ ਨਾਂ ਆਸੀਆ ਬੀਬੀ ਹੈ, 5 ਉਹਦੇ ਬੱਚੇ ਨੇ, ਛੋਟੀ ਜਿਹੀ ਇੱਕ ਗੱਲ ਦਾ ਇਲਜ਼ਾਮ ਲਾ ਕੇ ਉਹਦੇ ਉੱਤੇ ਕਿ ਉਹਨੇ ਸਿਰਫ ਪਾਣੀ ਪੀਤਾ, ਉਹਦੇ ਤੋਂ ਝਗੜਾ ਕਰਕੇ ਅਤੇ ਵਿਚਾਰੀ ਨੂੰ 10 ਸਾਲ ਤੱਕ ਸੂਲੀ ਉੱਤੇ ਟੰਗੇ ਰੱਖਿਆ। ਅਤੇ ਫਿਰ ਸਾਰਿਆਂ ਦੀ ਦੁਆਵਾਂ ਨਾਲ ਆਖਰ ਉਹ ਸਾਡੀ ਜਿਹੜੀ ਪਾਕਿਸਤਾਨ ਦੀ ਸਭ ਤੋਂ ਵੱਡੀ ਅਦਾਲਤ ਅਤੇ ਸੁਪਰੀਮ ਕੋਰਟ ਉਹਦੇ ਵਿੱਚੋਂ ਕੋਈ ਉਹਦੇ ਖਿਲਾਫ਼ ਜੋ ਹੈ ਸਬੂਤ ਨਹੀਂ ਮਿਲ ਸਕਿਆ ਅਤੇ ਅਦਾਲਤ ਨੇ ਉਹਨੂੰ ਬਾ ਇੱਜ਼ਤ ਜਿਹੜਾ ਉਹ ਬਰੀ ਕੀਤਾ ਆਵੇ। ਅਤੇ ਇਹੋ ਜਿਹੀਆਂ ਕਈ ਮੁਸੀਬਤਾਂ ਆਏ ਦਿਨ ਅਸੀਂ ਉੱਥੇ ਪਰਸੀਕਿਊਸ਼ਨ ਦਾ ਸ਼ਿਕਾਰ ਹੋ ਰਹੇ ਹਾਂ। ਤਾਂ ਤੁਸੀਂ ਜਦੋਂ ਇਹ ਪਰਸੀਕਿਊਸ਼ਨ ਦੇ ਵਿੱਚ ਤੁਹਾਡਾ ਪਰਸਨਲ ਵੀ ਜੀ ਜੀ ਕੇਸਿਸ ਹੋਏ ਹੋਣੇ ਜੀ 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 ਜੀ, ਕਿਉਂਕਿ ਇਹ ਇੰਨਾ ਵੋਲਟਾਈਲ ਨੇਸ਼ਨ ਹੈਗਾ ਕਿ ਵਲਕੇਨੋ ਵਾਂਗੂ ਇੱਕਦਮ ਇਰਪਟ ਹੋ ਜਾਂਦਾ ਜੀ ਜੀ। ਚਲੋ ਇਸ ਵੇਲੇ ਤਾਂ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਕਾਫੀ ਹਰੇਕ ਪਾਸੇ ਦੁਨੀਆ 'ਤੇ ਇਸ ਵੇਲੇ ਜੀ 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 ਪਰਸੀਕਿਊਸ਼ਨ ਤਾਂ ਹੋ ਰਹੀ ਹੈਗੀ ਆ ਜੀ ਜੀ। ਤਾਂ ਇਹ ਪਰਸੀਕਿਊਸ਼ਨ ਜਿਹੜੀ ਹੈਗੀ ਇਹਦਾ ਹੱਲ ਕੀ ਹੋਏਗਾ? ਇਹਦਾ ਹੱਲ ਇਹ ਹੀ ਹੈ ਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਜ਼ਮੀਰ 'ਤੇ ਅੱਛੇ ਇਨਸਾਨ ਹੋਣ ਦਾ ਅਤੇ ਆਪਣੇ ਆਪਣੇ ਮਜ਼ਹਬ 'ਚ ਇੱਕ ਆਪਣੇ ਮਜ਼ਹਬ ਦੇ ਵਿੱਚ ਅਗਰ ਕੋਈ ਮੁਸਲਮਾਨ ਹੈ ਤਾਂ ਮੁਸਲਮਾਨ ਤਾਲੀਮ 'ਤੇ ਅੱਛੇ ਤਰੀਕੇ ਨਾਲ ਪਾਬੰਦ ਰਹੇ, ਮੈਂ ਮਸੀਹੀ ਹਾਂ ਅਤੇ ਮੈਂ ਮਸੀਹੀ ਤਾਲੀਮ 'ਤੇ ਪਾਬੰਦ ਰਹਾਂ, ਤਾਂ ਫਿਰ ਹੀ ਇਹ ਦੁਨੀਆ ਦੇ ਵਿੱਚ ਅਮਨ ਅਤੇ ਸ਼ਾਂਤੀ ਹੋ ਜਾਂਦੀ ਹੈ। ਅਸੀਂ ਤਕਰੀਰਾਂ ਦੇ ਵਿੱਚ, ਸਪੀਚਾਂ ਦੇ ਵਿੱਚ ਤਾਂ ਬਹੁਤ ਸਾਰੀ ਗੱਲਾਂ ਕਰਦੇ ਹਾਂ ਬੜੀ ਉੱਚੀ ਉੱਚੀ ਜ਼ੋਰ ਨਾਲ, ਲੇਕਿਨ ਅਸੀਂ ਜਿਹੜਾ ਆਪ ਸਾਡੇ ਅੰਦਰ ਇਨਸਾਨ ਹੈ ਨਾ ਜਿਹੜਾ ਛੁਪਿਆ ਬੈਠਾ ਹੈ ਜੀ ਜੀ, ਔਰ ਜਿਹਨੂੰ ਅਸੀਂ ਵੇਖਦੇ ਹਾਂ ਕਿ ਕਿਸੇ ਬੰਦੇ ਨੂੰ ਫਸਾਉਣਾ ਵੇ ਤਾਂ ਅਸੀਂ ਹਰ ਤਰ੍ਹਾਂ ਦੇ ਹਥਿਆਰ ਜਿਹੜੇ ਨੇ ਉਹ ਇਸਤੇਮਾਲ ਕਰਕੇ ਝੂਠੇ ਮੁਕੱਦਮੇ ਬਣਵਾ ਕੇ ਕਿਸੇ ਨਾ ਕਿਸੇ ਨੂੰ ਇਹਦਾ ਸ਼ਿਕਾਰ ਕਰ ਦਿੰਦੇ ਹਾਂ ਪਰਸੀਕਿਊਸ਼ਨ ਦਾ, ਜਿਹਦੀ ਵਜ੍ਹਾ ਤੋਂ ਮਾਸਟਰ 'ਚ ਬੜੀਆਂ ਤਬਾਹੀਆਂ ਆਉਂਦੀਆਂ ਨੇ। ਅੱਜ ਫਜ਼ਾ ਇਹ ਵੇ ਕਿ ਲੋਕ ਵਿਚਾਰੇ ਡਰਦੇ ਪਾਕਿਸਤਾਨ ਛੱਡ ਕੇ, ਜਿਹੜੇ ਸਾਡੇ ਕ੍ਰਿਸਚਨ ਨੇ ਜਾਂ ਦੂਸਰੀਆਂ ਕੋਈ ਕੁਛ ਕਮਿਊਨਿਟੀਆਂ ਮਿਨੋਰਟੀਜ਼ ਨੇ ਉਹ ਛੱਡ ਕੇ ਦੂਜੀਆਂ ਦੁਨੀਆਂ ਦੇ ਮੁਖਤਲਿਫ ਹਿੱਸਿਆਂ 'ਚ ਜਾ ਕੇ ਬੈਠਦੇ ਨੇ, ਅਤੇ ਇਹ ਡਿਸਕ੍ਰਿਮੀਨੇਸ਼ਨ ਖਤਮ ਤਾਂ ਨਹੀਂ ਹੋਣੇ ਨਹੀਂ ਹੋਈ, ਲੇਕਿਨ ਅਸੀਂ ਅਗਰ ਆਪਸ ਦੇ ਵਿੱਚ ਕੰਪਰੋਮਾਈਜ਼ ਕਰ ਲਈਏ ਕਿ ਜਿਹੜਾ ਗਲਤ ਹੈ ਉਹਨੂੰ ਗਲਤ ਹੈ, ਜਿਹੜੀ ਸਹੀ ਗੱਲ ਹੈ ਉਹਨੂੰ ਸਹੀ ਹੈ। ਮੈਂ ਕਹਾਂਗਾ ਕਿ ਮੈਂ ਪਾਕਿਸਤਾਨ 'ਚ ਇਹਦੇ 'ਤੇ ਬੜਾ ਕੰਮ ਕੀਤਾ ਵੇ ਅਮਨ ਅਤੇ ਪੀਸ 'ਤੇ, ਅਤੇ ਉੱਥੇ ਅਸੀਂ ਇੱਕ ਸਲੋਗਨ ਰੱਖਿਆ ਸੀ, ਮੁਸਲਿਮ ਉਲਮਾ ਇਕਰਾਮ ਸੀ, ਸਾਡੇ ਸਾਰੇ ਬਿਸ਼ਪ ਸਾਹਿਬਾਨ ਸੀ, ਮੈਂ ਵੀ ਉਸ ਕਮੇਟੀ ਦਾ ਗੌਰਮੈਂਟਲ ਕਈ ਸਾਲ ਹਿੱਸਾ ਰਿਹਾ ਵਾਂ। ਉਹ 'ਚ ਸਲੋਗਨ ਜਨਾਬੇ ਪਾਸਟਰ ਸਾਹਿਬ ਬਹੁਤ ਅੱਛਾ ਸੀ ਕਿ ਸਭ ਤੋਂ ਪਹਿਲੇ ਅਸੀਂ ਇਨਸਾਨ ਹਾਂ ਪਹਿਲਾ, ਦੂਜੇ ਨੰਬਰ 'ਤੇ ਉਹਦਾ ਮੈਨੀਫੈਸਟੋ ਸੀ ਕਿ ਅਸੀਂ ਪਾਕਿਸਤਾਨੀ ਹਾਂ ਜਾਂ ਕੋਈ ਵੀ ਹਾਂ, ਅਸੀਂ ਆਪਣੇ ਆਪਣੇ ਮੁਲਕ 'ਤੇ ਆਪਣੀ ਆਪਣੀ ਜਗ੍ਹਾ 'ਤੇ ਕਾਇਮ ਰਹੀਏ। ਤੀਜੇ ਨੰਬਰ 'ਤੇ ਸਾਡੇ ਜ਼ਿਹਨ 'ਚ ਹੋਣਾ ਚਾਹੀਦਾ ਕਿ ਅਸੀਂ ਕਿਸੇ ਨੂੰ, ਮੈਂ ਤੁਹਾਨੂੰ ਤੰਗ ਨਹੀਂ ਕਰਨਾ ਕਿ ਮੈਂ ਮਸੀਹੀ ਹਾਂ, ਤੁਸੀਂ ਮੇਰੇ ਮਾਮਲਾ 'ਚ ਮਜ਼ਹਬੀ ਮਾਮਲਾ 'ਚ ਅਮਲ ਦਖਲ ਨਹੀਂ ਦੇਣਾ, ਤੁਸੀਂ ਮੇਰੀ ਇੱਜ਼ਤ ਕਰਨੀ ਹੈ ਅਤੇ ਮੈਂ ਤੁਹਾਡੀ ਇੱਜ਼ਤ ਕਰਨੀ। ਜਿਹਨੂੰ ਅਸੀਂ ਇਹ ਜਿਹੜਾ ਸਲੋਗਨ ਹੈ ਇਹ ਖਾਸ ਕਰਕੇ ਯਿਸੂ ਮਸੀਹ ਦਾ ਹੈ ਕਿ ਤੂੰ ਆਪਣੇ ਹਮਸਾਏ ਨੂੰ ਆਪਣੀ ਮਦਦ ਮੁਹੱਬਤ ਕਰ, ਜਿਸ ਤਰ੍ਹਾਂ ਤੂੰ ਚਾਹੁੰਦਾ ਕਿ ਤੇਰੇ ਨਾਲ ਕੋਈ ਮੁਹੱਬਤ ਕਰੇ ਤੂੰ ਵੀ ਉਹਦੇ ਨਾਲ ਉਸੇ ਤਰ੍ਹਾਂ ਕਰ। ਅਤੇ ਜਿਹਨੂੰ ਅਸੀਂ ਇਹ ਚੀਜ਼ਾਂ ਕਰਾਂਗੇ ਤਾਂ ਫਿਰ ਇਹੋ ਜਿਹੀਆਂ ਤਬਾਹੀਆਂ ਨਹੀਂ ਆਉਣ ਕਿ ਅਸੀਂ ਬਰਦਾਸ਼ਤ ਹੋਏ ਕਿ ਸਾਡੇ ਵਿੱਚ ਅਸੀਂ ਇੱਕ ਦੂਜੇ ਨੂੰ ਜਿਹੜਾ ਉਹਦੇ ਦੁੱਖ ਅਤੇ ਦਰਦ 'ਚ ਸ਼ਾਮਿਲ ਹੋਵਾਂਗੇ ਅਤੇ ਕਦੀ ਵੀ ਇਹ ਪਰਸੀਕਿਊਸ਼ਨ ਜੈਸੀਆਂ ਚੀਜ਼ਾਂ ਨਹੀਂ ਹੋਣ ਕਿਹਾ। ਲੇਕਿਨ ਇਹ ਖਤਮ ਨਹੀਂ ਹੋਣੀਆਂ, ਕਿਉਂਕਿ ਜਿੱਥੇ ਮੈਜੋਰਟੀ ਹੈ ਮਨੋਰਟੀ ਹੈ ਉੱਥੇ ਚੀਜ਼ਾਂ ਚੱਲਦੀਆਂ। ਸਰ ਇਹ ਠੀਕ ਹੈ, ਮੈਂ ਮੰਨ ਗਿਆ, ਆਪਣਾ ਕਲਾਮ ਕਹਿੰਦਾ ਹੈਗਾ ਕਿ ਆਪਣੇ ਦੁਸ਼ਮਣ ਨਾਲ ਵੀ ਪਿਆਰ ਕਰੋ ਜੀ। ਸੋ ਤੁਸੀਂ ਪਾਦਰੀ ਹੋ ਕੇ ਆਪਣੇ ਦੁਸ਼ਮਣ ਨਾਲ ਵੀ ਪਿਆਰ ਕਰਦੇ, ਔਰ ਤੁਸੀਂ ਤੁਹਾਡੀ ਖਾਸ ਕਰਕੇ ਜਿਹੜੀ ਲਾਈਫ ਕਾਲਿੰਗ ਮਿਸ਼ਨ ਹੈ ਜੀ ਕਿ ਤੁਸੀਂ ਜਿਹੜੇ ਅਨਚਰਚ ਪੀਪਲ ਹੈ
ਕਿ ਉਹਨਾਂ ਨਾਲ ਖਾਸ ਕਰਕੇ ਤੁਸੀਂ ਬਹਿੰਦੇ ਆ, ਉਹਨਾਂ ਨਾਲ ਰਿਲੇਸ਼ਨ ਪਾਉਂਦੇ ਹੈਗੇ, ਤੁਸੀਂ ਉਹਨਾਂ ਨਾਲ ਪਿਆਰ ਮੁਹੱਬਤ ਦੇ ਵਿੱਚ ਕਈ ਗੱਲਾਂ ਸੁਣਦੇ ਆ, ਕਈ ਥੱਪੜ ਵੀ ਖਾਂਦੇ ਆ, ਜੀ ਬਹੁਤ ਸਾਰੀ ਬਹੁਤ ਸਾਰੀ, ਕਿਉਂਕਿ ਇਹ ਗੱਲਾਂ ਦੀਆਂ ਥੱਪੜ ਹੁੰਦੇ ਨੇ, ਇਹੀ ਆ ਨਾ, ਇਹੀ ਬਿਲਕੁਲ ਜੀ, ਗੱਲਾਂ ਹੁੰਦੀਆਂ ਥੱਪੜ, ਜੀ ਤਾਂ ਇਹਦੇ ਵਿੱਚ ਕਿੰਨਾ ਖਾਡ ਟਾਸਕ ਹੈ ਤੁਹਾਡੇ ਲਈ? ਆ ਕਈ ਦਫ਼ਾ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ, ਕਿਉਂਕਿ ਜਿਹਨੂੰ ਤੁਸੀਂ ਮੁਖਤਲਿਫ ਮਜ਼ਾਹਬ ਦੇ ਲੋਕਾਂ ਨਾਲ, ਰਿਲੀਜੀਅਸ ਪਰਸਨ ਨਾਲ ਬਹਿੰਦੇ ਹੋ, ਤਾਂ ਬਹੁਤ ਸਾਰੇ ਜਿਹਨੂੰ ਤੁਸੀਂ ਖੁਦਾ ਦਾ ਸਟੋਲ ਗਲੇ 'ਚ ਪਾਇਆ ਹੋਵੇ, ਅਤੇ ਤੁਹਾਡੇ ਇੱਧਰ ਆਲੇ ਦੁਆਲੇ ਕੋਈ ਸਿੱਖ ਹੈ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਭੈਣ ਭਰਾ ਹੈ, ਅਤੇ ਮੁਖਤਲਿਫ ਕਿਸਮ ਦੇ ਸਵਾਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ। ਕਈ ਦਫ਼ਾ ਤਾਂ ਇਹ ਹੁੰਦਾ ਕਈ ਲੋਕਾਂ ਦੀ ਜਿਹੜੀ, ਕਿਉਂਕਿ ਕਈ ਸਿੱਖ ਮਾਇੰਡਡ ਨੈਰੋ ਮਾਇੰਡਡ ਲੋਕ ਵੀ ਹੁੰਦੇ ਨੇ, ਕਈ ਦਫ਼ਾ ਤੁਹਾਡਾ ਗਲਾਸ ਹੈ ਉਹ ਮੋਟੈਲਿਟੀ ਹੁੰਦੀ ਕਿ ਕਈ ਦਫ਼ਾ ਕੋਈ ਗਲਾਸ ਨੂੰ ਪਾਣੀ ਪੀਣ ਵੀ, ਯਾਨੀ ਅੱਧੇ ਪਿੱਛੇ ਵੀ ਕਰਨ ਲਈ, ਬੜੀ ਬਹੁਤ ਸਾਰੀਆਂ ਚੀਜ਼ਾਂ ਫਿਰ ਸਵਾਲ ਇਹੋ ਜਿਹੇ ਕਰ ਦਿੰਦੇ ਨੇ, ਕਈ ਦਫ਼ਾ ਸਿਰਫ ਕਹੀਦਾ ਕਿ ਨਹੀਂ ਕੋਈ ਸਾਡੇ ਮੂੰਹੋਂ ਕੋਈ ਐਸੀ ਗੱਲ ਨਾ ਨਿਕਲ ਜਾਏ, ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਨਾ ਪੈਂਦਾ ਇਨਸਾਨ ਹੋ ਕੇ, ਇਨਸਾਨ ਹੋ ਕੇ, ਜੀ ਜੀ, ਨਾਲੇ ਸਾਡੀ ਤਾਲੀਮ ਇਹ ਵੀ ਨਾ, ਮੇਰੇ ਅੰਦਰ ਯਿਸੂ ਮਸੀਹ ਹੈ, ਆਮੇਨ, ਹਾਂਜੀ, ਤੇ ਮੈਨੂੰ, ਹਾਂਜੀ, ਤੇ ਮੈਂ, ਸੋ ਇਹ ਕਾਫੀ ਹਾਰਡ ਟਾਸਕ ਹੈਗਾ, ਜੀ ਜੀ, ਬਹੁਤ ਹਾਰਡ ਹੈ, ਬਹੁਤ ਹਾਰਡ, ਕਿਉਂਕਿ ਹਰ ਬੰਦੇ ਦੀ ਸੋਚ ਮੁਖਤਲਿਫ ਹੈ, ਹਰ ਬੰਦੇ ਦਾ ਮਜ਼ਹਬ ਮੁਖਤਲਿਫ ਹੈ, ਤੁਸੀਂ ਉਹਦੇ ਵਿੱਚ ਜਾ ਕੇ ਜਿਹਨੂੰ ਕੋਈ ਆਪਣੀ ਨੁਮਾਇੰਦਗੀ ਕਰਦੇ ਪਏ ਆਪਣੇ ਕੌਮ ਦੀ, ਆਪਣੀ ਮਸੀਹਤ ਦੀ, ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਯਿਸੂ ਦਾ, ਜਿੱਥੇ ਯਿਸੂ ਆਉਂਦਾ ਉੱਥੇ ਹਰ ਕੋਈ ਆਪ ਹੀ ਤੁਹਾਡੇ ਕੋਲ ਪਿਆਰ ਮੁਹੱਬਤ ਅਤੇ ਸਖਤ ਗੱਲਾਂ ਪੁੱਛਣੀਆਂ ਸ਼ੁਰੂ ਕਰਦੇ, ਦੁਸ਼ਮਣ ਵੀ ਪਿਆਰ, ਦੁਸ਼ਮਣ ਕਰਨ ਲੱਗ ਪੈਂਦੇ ਹੈਗੇ, ਬਾਈ ਸਾਹਿਬ ਟਾਈਮ ਇੰਨਾ ਜਲਦੀ ਜਾ ਰਿਹਾ ਹੈਗਾ, ਮੈਂ ਸਮਝ ਨਹੀਂ ਲੱਗਦੀ ਵੀ ਕਿੰਨੀ ਜਲਦੀ ਟਾਈਮ ਪੂਰਾ ਹੋਈ ਜਾਂਦਾ। ਮੈਨੂੰ ਆਪਣੇ ਪਰਸਨਲ ਲਾਈਫ ਬਾਰੇ ਵੀ ਦੱਸੋ ਕਿ ਤੁਸੀਂ ਸ਼ਾਦੀਸ਼ੁਦਾ ਹੈਗੇ, ਬੱਚੇ ਹੈ, ਕਦੋਂ ਤੁਸੀਂ ਇੰਗਲੈਂਡ ਆਏ ਜਲਦੀ? ਜੀ, ਮੈਂ 2000 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ, ਮੇਰੀ ਮਿਸਿਜ਼ ਜਿਹੜਾ ਰੁਕਈਆ ਉਹਦਾ ਨਾਮ, ਤਿੰਨ ਬੱਚੇ ਨੇ, ਮੇਰੀ ਵੱਡੀ ਬੇਟੀ 17 ਸਾਲ ਦੀ ਅਨਾਲੀਜ਼ਾ, ਛੋਟਾ ਬੇਟਾ 15 ਸਾਲ ਦਾ ਅੰਜਲੋ, ਅਤੇ ਤੀਸਰੀ ਬੇਟੀ ਹੈ ਸੈਂਡਰਾ, ਉਹ 9 ਸਾਲ ਦੀ ਹੈ, ਅਤੇ ਮੈਂ ਗ੍ਰੈਜੂਏਸ਼ਨ ਪਾਕਿਸਤਾਨ ਤੋਂ ਵੀ ਕੀਤੀ, ਫਿਰ ਸਰਟੀਫਿਕੇਟ ਐਜੂਕੇਸ਼ਨ ਵੀ ਲਿਆ, ਉੱਥੇ ਹੋਰ ਵੀ ਤਾਲੀਮ ਹਾਸਲ ਕੀਤੀ, ਫਿਰ ਜਿਹੜੀ ਖੁਦਾ ਦੇ ਕਲਾਮ ਦੀ ਤਾਲੀਮ ਹੈ ਚਰਚਸ ਲੀਡਰਸ਼ਿਪ ਦੀ, ਉਹ ਵੀ ਉੱਥੇ ਕੀਤੀ, ਫਿਰ ਉਹ ਤੋਂ ਬਾਅਦ ਖੁਦਾ ਨੇ ਮੈਨੂੰ 2001-2 'ਚ ਸਵਾਨਜ਼ੀ ਇੱਥੇ ਸਾਊਥ ਵੇਲਸ ਵਿੱਚ ਆ ਕੇ ਤਾਲੀਮ ਹਾਸਲ ਕਰਨ ਦਾ ਮੌਕਾ ਦਿੱਤਾ, ਫਿਰ ਦੁਬਾਰਾ ਮੈਂ ਇੱਥੋਂ ਗ੍ਰੈਜੂਏਸ਼ਨ ਕਰਕੇ ਸਾਊਥ ਹਾਲ ਦੁਬਾਰਾ ਇੱਕ ਦਫ਼ਾ ਲੰਡਨ ਆਇਆ, ਉੱਥੇ ਵੀ ਇੱਕ ਸਰਟੀਫਿਕੇਟ ਲੈਣ ਦਾ ਮੌਕਾ ਦਿੱਤਾ, ਬਸ ਫਿਰ ਇਸੇ ਤੋਂ ਬਾਅਦ ਸਿਲਸਿਲਾ ਜਿਹੜਾ ਹੈ ਖੁਦਾ ਦੇ ਕੰਮ ਦਾ ਚੱਲਦਾ ਗਿਆ, ਅਤੇ ਜਿਹੜਾ ਅੱਜ ਦੇ ਦਿਨ ਤੱਕ ਚੱਲਦਾ ਪਿਆ। ਔਰ ਤੁਸੀਂ ਅੱਜ ਵੀ ਇਹੀ ਮਿਨਿਸਟਰੀ ਤੁਸੀਂ ਬਰਮਿੰਘਮ ਵੀ ਇੱਥੇ ਕਰ ਰਹੇ ਹੈਗੇ? ਜੀ, ਮੈਂ ਪਿਛਲੇ ਪੰਜ ਸਾਲ ਤੋਂ ਇੱਥੇ ਮੌਜੂਦ ਹਾਂ, ਥੋੜ੍ਹਾ ਅਰਸਾ ਮੈਂ ਲੰਡਨ 'ਚ ਗੁਜ਼ਾਰਿਆ ਜੀ, ਫਿਰ ਮੈਂ 2014 'ਚ ਸੈਪਟੰਬਰ ਅਕਤੂਬਰ 'ਚ ਬਰਮਿੰਘਮ ਆਇਆ, ਅਤੇ ਇੱਥੇ ਆਣ ਕੇ ਵੀ ਮੈਂ ਇੱਕ ਮਸੀਹੀ ਫੈਲੋਸ਼ਿਪ ਸੀ ਆਲਮ ਰੋਕ, ਹਾਂਜੀ, ਜਿੱਥੇ ਕੋਈ ਆਪਣੀ ਫੈਲੋਸ਼ਿਪ ਨਹੀਂ ਸੀ ਹੈ, ਹਾਂਜੀ, ਅਤੇ ਉੱਥੇ ਮਸੀਹੀ ਫੈਲੋਸ਼ਿਪ ਦੇ ਨਾਂ 'ਤੇ ਸਟਾਰਟ ਕੀਤੀ, 2 ਸਾਲ ਉੱਥੇ ਚਲਾਈ। ਪੈਗਾਮ ਉਹੋ ਹੀ ਯਿਸੂ ਮਸੀਹ ਵਾਲਾ ਪੈਗਾਮ ਹੈ ਕਿ ਲਵ ਸਭ ਕੇ ਲੀਏ, ਮੁਹੱਬਤ ਸਭ ਕੇ ਲੀਏ, ਨਫ਼ਰਤ ਕਿਸੀ ਕੇ ਲੀਏ ਵੀ ਨਹੀਂ, ਤਾਂ ਮੈਂ ਇਹੀ ਪੈਗਾਮ ਜਿਹੜਾ ਪੈਗਾਮ ਪ੍ਰੋਪਰ ਹੈ ਔਰ ਵਾਕਿਆ ਵਿੱਚ ਹੈ ਉਹ ਇਹੀ ਹੈ ਕਿ ਲਵ ਵਿਨਸ ਐਵਰੀਬਡੀ, ਯੈਸ, ਠੀਕ ਹੈ ਨਾ ਜੀ? ਜੀ, ਇੱਦਾਂ ਹੀ ਆ ਭਾਈ ਸਾਹਿਬ। ਇਹ ਵੀ ਦੱਸੋ ਕਿ ਮੈਨੂੰ ਪਤਾ ਹੈਗਾ ਕਿ ਬਹੁਤ ਸਾਰੇ ਆਪਣੇ ਅਨਚਰਚ ਪੀਪਲ ਵੀ ਸੁਣ ਰਹੇ ਹੈਗੇ ਆ, ਜਿਹੜਾ ਨਹੀਂ ਖੁਦ ਆਪਣੀ ਯਿਸੂ ਮਸੀਹ ਨੂੰ ਮੰਨਦੇ ਹੈਗੇ ਆ ਇਸ ਵੇਲੇ, ਔਰ ਮਿਰੇਕਲਸ ਅੱਜ ਕੱਲ੍ਹ ਹੁੰਦੇ? ਜੀ, ਬਿਲਕੁਲ ਹੁੰਦੇ ਨੇ, ਕਿਉਂਕਿ ਅਗਰ ਮਿਰੇਕਲ ਖਤਮ ਹੋ ਜਾਣ ਤਾਂ ਫਿਰ ਯਿਸੂ ਦਾ ਨਾਂ ਖਤਮ ਹੋ ਜਾਂਦਾ, ਤਾਂ ਮਿਰੇਕਲ ਤਾਂ ਨਹੀਂ ਕਦੀ ਵੀ ਖਤਮ ਹੋਣਾ ਤੁਹਾਡੀ ਜ਼ਿੰਦਗੀ ਦੇ 'ਚ ਹੋਇਆ ਕੋਈ? ਜੀ, ਮੇਰੀ ਜ਼ਿੰਦਗੀ 'ਚ ਬਹੁਤ ਸਾਰੇ ਮਿਰੇਕਲ ਨੇ, ਮੈਨੂੰ ਬਹੁਤ ਸਾਰੇ ਮਿਰੇਕਲ ਨੇ ਮੇਰੀ ਜ਼ਿੰਦਗੀ ਦੇ ਵਿੱਚ, ਜਦੋਂ ਮੈਂ ਵੀਜ਼ਾ ਲਿਆ ਉਹਨੂੰ ਬੜੇ ਮਿਰੇਕਲ ਸੀ, ਜਾਂ ਕੋਈ ਬਿਮਾਰੀਆਂ ਆਈਆਂ ਵੱਡੀਆਂ ਉਹਨੂੰ ਬੜੇ ਮਿਰੇਕਲ ਹੈ, ਲੇਕਿਨ ਇੱਕ ਮਿਰੇਕਲ ਮੈਂ ਕਦੀ ਵੀ ਨਹੀਂ ਭੁੱਲਦਾ। ਅਕਸਰ ਮੇਰੀਆਂ ਇਸ ਤਰ੍ਹਾਂ ਵੇ ਕਿ ਮੈਂ ਨਾ ਚਰਚ ਦਾ ਇੱਕ ਟ੍ਰਿਪ 2005-2006 ਦੇ ਦਰਮਿਆਨ ਲੈ ਕੇ ਗਿਆ ਮਰੀ, ਸਾਡੇ ਉੱਥੇ ਨਾ ਇੱਕ ਬੜਾ ਠੰਡਾ ਇਲਾਕਾ, ਬੜਾ ਮਸ਼ਹੂਰ ਹੈ ਮਰੀ ਨੱਥੀਆ ਗਲੀ, ਅਤੇ ਮੇਰੇ ਨਾਲ ਕੋਈ 70-80 ਦੇ ਕਰੀਬ ਮੇਰੇ ਚਰਚ ਦੇ ਲੋਕ ਸਨ, ਸਾਰੀ ਕਲੀਸੀਆ ਸੀ, ਕੰਗਰੀਗੇਸ਼ਨ ਸੀ, ਅਤੇ ਅਸੀਂ ਉਹਨਾਂ ਨੂੰ ਇੱਕ ਜਗ੍ਹਾ 'ਤੇ ਪਾਰਕ 'ਤੇ ਲਾ ਦਿੱਤਾ ਕਿ ਮੈਂ ਕਿਹਾ ਜੀ ਤੁਸੀਂ ਫਿਰ ਧੋ ਲਓ ਸਾਰੇ, ਉਸ ਜਗ੍ਹਾ ਦੇ ਵਿੱਚ ਮਾਲ ਰੋਡ ਸੀ, ਅਤੇ ਅਸੀਂ ਸ਼ਾਮ ਨੂੰ ਨਾ ਇੱਕ ਇਸ ਜਗ੍ਹਾ 'ਤੇ ਦੁਬਾਰਾ ਨਾ ਗੱਡੀ ਲਿਆਵਾਂਗੇ, ਕਿਉਂਕਿ ਗੱਡੀ ਥੋੜ੍ਹਾ ਜਿਹਾ ਨਾ ਵੱਡੀ ਕੋਚ ਉਹ ਸ਼ਹਿਰ ਤੋਂ ਥੋੜ੍ਹਾ ਜਿਹਾ ਬਾਹਰ ਖੜੀ ਸੀ, ਪਹਾੜੀ ਇਲਾਕਾ ਸੀ, ਸਾਰਿਆਂ 'ਚ ਖਾਈਆਂ ਸੀ ਬਹੁਤ ਵੱਡੀਆਂ, ਅਤੇ ਸ਼ਾਮ ਨੂੰ ਜਿਹਨੂੰ ਸਾਰਿਆਂ ਦੇ ਜਾਣ ਦਾ ਟਾਈਮ ਹੋਇਆ, ਫੈਸਲਾਬਾਦ ਨੂੰ ਵਾਪਸ ਆਉਣਾ ਸੀ, ਕੋਈ 4 ਘੰਟੇ ਦਾ ਸਫ਼ਰ ਹੈ, ਅਤੇ ਮੈਂ ਗੱਡੀ ਜਿਹਨੂੰ ਲੈਣ ਗਿਆ ਵਾਂ, ਨਾਲ ਮੇਰਾ ਇੱਕ ਐਲਡਰ ਸੀ ਅਤੇ ਮੇਰਾ ਬੇਟਾ ਸੀ, ਅਤੇ ਮੈਂ ਕਾਫੀ ਛੋਟਾ ਸੀ ਮੇਰਾ ਬੇਟਾ, ਅਤੇ ਮੈਂ ਹੱਥ 'ਚ ਨਾ ਬਾਈਬਲ ਮੁਕੱਦਸ ਜਿਹੜੀ ਹੈ ਮੈਂ ਹੱਥ ਦੇ ਵਿੱਚ ਫੜੀ ਹੁੰਦੀ ਸੀ ਹਰ ਟਾਈਮ। ਅਸੀਂ ਗਏ ਹਾਂ ਗੱਡੀ ਲੈ ਕੇ, ਅਤੇ ਡਰਾਈਵਰ ਨੇ ਮੈਨੂੰ ਕਹੀ ਤੁਸੀਂ ਨਾ ਲਓ, ਕਿਉਂਕਿ ਤੁਸੀਂ ਜ਼ਰਾ ਪਾਦਰੀ ਹੋ, ਅਤੇ ਕੋਈ ਤੁਹਾਡੀ ਗੱਲ ਮੰਨ ਲਏ ਕਾ ਕਿ ਚਲੋ ਪਾਦਰੀ ਕੋਈ ਚਰਚ ਦਾ ਆਏ ਨੇ ਤਾਂ ਤੁਸੀਂ ਮੇਰੀ ਮਦਦ ਕਰ ਦੇਣਾ। ਅਸੀਂ ਜਿਹਨੂੰ ਗਏ ਹਾਂ ਤਾਂ ਉਹਨੇ ਗੱਡੀ ਸਟਾਰਟ ਕੀਤੀ ਹੈ, ਉਹਨੇ ਥੋੜ੍ਹੀ ਜਿਹੀ ਗੱਡੀ ਚਲਾਈ ਹੈ, ਅਤੇ ਉਹਦੀ ਗੱਡੀ ਦੀ ਬ੍ਰੇਕ ਜਿਹੜੀ ਹੈ ਫੇਲ ਹੋ ਗਈ, ਵੱਡੀ ਕੋਚ ਦੀ, ਜਿਸ ਤਰ੍ਹਾਂ ਹੀ ਫੇਲ ਹੋਈ ਉਹ ਬੜੀ ਤੇਜ਼ ਉਹਨੇ ਗੇਅਰ 'ਚ ਪਾਈ, ਗੱਡੀ ਚੱਲਦੀ ਗਈ ਅਤੇ ਅੱਗੇ ਖਾਈ ਸੀ ਜਿਹੜੀ ਕੋਈ ਤੁਸੀਂ ਕਹਿ ਸਕਦੇ ਹੋ ਕਿ 20-25 ਫੁੱਟ ਨੀਚੇ ਹੋਣੀ ਹੈ, ਬਾਕੀ ਬਹੁਤ ਥੱਲੇ ਸੀ ਗਹਿਰਾਈ ਹਜ਼ਾਰਾਂ ਦੀ, ਲੇਕਿਨ 25 ਕੁ ਏਕੜ ਵਿੱਚ ਰੂਟ ਆ ਗਿਆ, ਗੱਡੀ ਡਿੱਗੀ।
ਪਹੀਏ ਉਹਦੇ ਲੈਦਾ, ਇੰਜਨ ਲੈਦਾ, ਹਰ ਚੀਜ਼ ਲੈਦਾ, ਰੋਡ 'ਤੇ ਆ ਕੇ ਡਿੱਗ ਪਈ ਹੈ ਉੱਤੋਂ ਥੱਲੇ ਵਿੱਚ। ਅਸੀਂ ਵਿੱਚ ਮੈਂ ਵੀ, ਡਰਾਈਵਰ ਵੀ, ਮੇਰਾ ਇੱਕ ਐਲਡਰ, ਮੇਰਾ ਬੇਟਾ, ਅਸੀਂ ਚਾਰ ਲੋਕ ਸਾਂ, ਤਿੰਨ ਅਸੀਂ ਚਰਚ ਦੇ, ਇੱਕ ਡਰਾਈਵਰ। ਖੁਦਾਵੰਨ ਯਿਸੂ ਮਸੀਹ ਦੇ ਫਜ਼ਲ ਨਾਲ ਡਰਾਈਵਰ ਜਿਹੜਾ ਵੇ ਉਹ ਵੀ ਮਹਿਫੂਜ਼, ਅਸੀਂ ਵੀ ਮੈਂ ਵੀ ਮਹਿਫੂਜ਼, ਮੇਰਾ ਬੇਟਾ ਵੀ ਮਹਿਫੂਜ਼, ਮੇਰਾ ਐਲਡਰ ਵੀ ਮਹਿਫੂਜ਼, ਅਤੇ ਬਹੁਤ ਸਾਰਾ ਮੀਡੀਆ ਅਤੇ ਰੋਡ ਸਾਰਾ ਬਲਾਕ ਹੋ ਗਿਆ ਕਿਉਂਕਿ ਬੜੀ ਮਸ਼ਹੂਰ ਜਗ੍ਹਾ ਮਰੀ। ਅਤੇ ਉਹਨਾਂ ਨੇ ਮੈਨੂੰ ਮੀਡੀਆ ਵਾਲਿਆਂ ਨੇ ਪੁੱਛਿਆ ਜੀ ਤੁਸੀਂ ਕਿਸ ਤਰ੍ਹਾਂ ਬਚ ਗਏ ਹੋ, ਮੈਨੂੰ ਹੋਰ ਤਾਂ ਕੋਈ ਲਫ਼ਜ਼ ਯਾਦ ਨਹੀਂ ਆਇਆ। ਮੈਂ ਕਿਹਾ ਜੀ ਮੇਰੇ ਹੱਥ ਦੇ ਨਾਲ ਤਾਂ ਮੇਰੇ ਵਿੱਚ ਖੁਦਾਵੰਨ ਯਿਸੂ ਮਸੀਹ ਸੀ, ਜਿਸ ਤਰ੍ਹਾਂ ਨੂੰਹ ਦੇ ਦਿਨਾਂ 'ਚ ਕਸ਼ਤੀ ਦੇ ਵਿੱਚ ਤੂਫਾਨ ਹਰ ਪਾਸੇ ਬਾਹਰ ਆ ਗਿਆ, ਸਾਰੀ ਦੁਨੀਆ ਮਰ ਗਈ, ਲੇਕਿਨ ਜਿਹੜੇ ਕਸ਼ਤੀ ਦੇ ਵਿੱਚ ਸੀ ਕਿਉਂਕਿ ਉਹ ਬਚ ਗਏ ਕਿਉਂਕਿ ਯਿਸੂ ਅੰਦਰ ਸੀ, ਮੇਰੇ ਹੱਥ ਅਤੇ ਮੇਰੇ ਦਿਲ 'ਚ ਯਿਸੂ ਸੀ, ਇਹ ਕਲਾਮ ਸੀ ਜ਼ਿੰਦਾ, ਤਾਂ ਸ਼ਾਇਦ ਉਹਨੇ ਸਾਨੂੰ ਸਾਰਿਆਂ ਨੂੰ ਬਚਾ ਲਿਆ ਵੇ। ਅਤੇ ਬੜਾ ਵੱਡਾ ਮੌਜਜ਼ਾ ਮੇਰੀ ਜ਼ਿੰਦਗੀ 'ਚ, ਇੱਕ ਚੀਜ਼ ਤੁਹਾਡੇ ਸਾਹਮਣੇ ਤਬਾਹ ਬਰਬਾਦ ਹੋ ਗਈ ਹੈ ਅਤੇ ਤੁਸੀਂ ਵਿੱਚੋਂ ਬਿਲਕੁਲ ਸੇਫ, ਬਿਲਕੁਲ ਤੁਹਾਨੂੰ ਕੋਈ ਚੀਜ਼ ਜ਼ਰਾ ਵੀ ਕੁਛ ਨਹੀਂ ਹੋਇਆ, ਬਿਲਕੁਲ। ਬੜਾ ਵੱਡਾ ਮੌਜਜ਼ਾ ਮੇਰੀ ਜ਼ਿੰਦਗੀ। ਸੋ ਹੀ ਲਿਵਸ, ਜਿੰਦਾ ਹੈ। ਹਾਂਜੀ, ਹਾਲੇਲੂਯਾ, ਹਾਲੇਲੂਯਾ, ਹੀ ਇਜ਼ ਅਲਾਈਵ, ਹੀ ਇਜ਼ ਅਲਾਈਵ ਐਂਡ ਅ ਮਿਰੇਕਲ ਐਵਰੀ ਡੇ। ਹਾਂਜੀ, ਮੈਂ ਹੁਣ ਇਹ ਚਾਹੁੰਦਾ ਹੈਗਾ ਕਿ ਭਾਈ ਸਾਹਿਬ ਤੁਸੀਂ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਨਾਲ ਪਰਸੀਕਿਊਸ਼ਨ ਹੋਈ ਹੈਗੀ ਹੈ, ਤੁਹਾਡੇ ਨਾਲ ਮਿਰੇਕਲਸ ਹੋਏ ਹੈਗੇ ਆ, ਤੁਸੀਂ ਕਰੋ ਕਰੀ ਔਰ ਸਿਟੀ ਬਾਏ ਸਿਟੀ ਔਰ ਕੰਟਰੀ ਬਾਏ ਕੰਟਰੀ ਤੁਸੀਂ ਜਾ ਕੇ ਖੁਦਾਵੰਦ ਯਿਸੂ ਮਸੀਹ ਦਾ ਕਲਾਮ ਸੁਣਾਉਂਦੇ, ਜਿਹੜਾ ਕਹਿੰਦਾ ਹੈਗਾ ਕਿ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰੋ। ਜੀ ਜੀ, ਇਸ ਵੇਲੇ ਆਪਣੇ ਨਾਲ ਬਹੁਤ ਸਾਰੇ ਬੰਦੇ ਜੁੜੇ ਹੋਏ ਹੈਗੇ। ਜੀ ਜੀ, ਤਾਂ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਜ਼ਰੂਰ ਕੁਛ ਨਾ ਕੁਛ ਸ਼ੇਅਰ ਕਰੋ ਖੁਦਾਵੰਦ ਦੇ ਕਲਾਮ ਦੇ ਵਿੱਚ। ਜੀ ਬਿਲਕੁਲ ਜੀ, ਕਿ ਜਿਹੜੀ ਬਰਕਤ ਜਿਹੜੀ ਹੈਗੀ ਉਹ ਆਪਣੇ ਸਰੋਤਿਆਂ ਨੂੰ ਮਿਲੇ। ਜੀ, ਤੁਹਾਡੀਆਂ ਗੱਲਾਂ ਸੁਣ ਕੇ ਤਾਂ ਮੈਨੂੰ ਬੜੀ ਬਰਕਤ ਮਿਲਦੀ ਪਈ ਹੈ, ਕਿਉਂਕਿ ਯਿਸੂ ਮਸੀਹ ਦਾ ਨਾਂ ਤੇ ਉਹਦੇ ਨਾਂ 'ਤੇ ਸਾਰੀਆਂ ਗੱਲਾਂ ਕਰਨ ਦੇ ਆ। ਮੈਂ ਜ਼ਰੂਰ ਉਹਦਾ ਸੇਵਕਾਰ ਹੁੰਦੇ ਆ, ਛੋਟਾ ਜਿਹੜਾ ਕਲਾਮ ਹੈ ਜੀ ਜਿਹੜਾ ਮੈਨੂੰ ਖੁਦਾ ਨੇ ਦਿੱਤਾ, ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਾਂਗਾ। ਅਸੀਂ ਸਭ ਤੋਂ ਪਹਿਲੇ ਤਾਂ ਮੈਂ ਖੁਦਾਵੰਦ ਦਾ ਸ਼ੁਕਰੀਆ ਅਦਾ ਕਰਤਾ ਹਾਂ ਕਿ ਖੁਦਾ ਕੇ ਬੇਟੇ ਯਿਸੂ ਮਸੀਹ ਨਾਸਰੀ ਨੇ ਮੁਝੇ ਔਰ ਭਾਈ ਕੋ, ਪਾਸਟਰ ਸਾਹਿਬ ਕੋ, ਪਾਸਟਰ ਡੈਨੀ ਚਰਨ ਸਾਹਿਬ ਕੋ ਇਹ ਮੌਕਾ ਦਿਆ ਕਿ ਮੈਂ ਖੁਦਾਵੰਦ ਕੇ ਨਾਮ ਕੋ ਜਲਾਲ ਦੇਣੇ ਵਾਲੇ ਬਣ ਸਕੇ। ਕਿਉਂਕਿ ਹਰ ਮੌਕਾ, ਹਰ ਲਮ੍ਹਾ, ਹਰ ਸੈਕਿੰਡ, ਹਰ ਮਿੰਟ, ਹਰ ਸਾਲ, ਹਰ ਘੜੀ ਸਿਰਫ ਖੁਦਾ ਕੇ ਬੇਟੇ ਯਿਸੂ ਮਸੀਹ ਨਾਸਰੀ ਕੀ ਤਰਫ ਸੇ ਹੈ। ਤਾਂ ਅੱਜ ਸ਼ਾਮ ਕੇ ਲਈ ਮੈਂ ਉਸ ਕਾ ਸ਼ੁਕਰ ਅਦਾ ਕਰਤਾ ਹਾਂ, ਔਰ ਦੇਖਣੇ ਵਾਲੀ ਆਂਖੋ ਔਰ ਸੁਣਨੇ ਵਾਲੇ ਤਮਾਮ ਕਾਨੋਂ ਕੋ ਮੈਂ ਖੁਦਾ ਕੇ ਬੇਟੇ ਯਿਸੂ ਮਸੀਹ ਨਾਸਰੀ ਕੇ ਨਾਮ ਮੇਂ ਸਲਾਮ ਪੇਸ਼ ਕਰਤਾ ਹਾਂ, ਔਰ ਉਸ ਕਾ ਕਲਾਮ ਜੋ ਥੋੜ੍ਹਾ ਸਾ ਉਸਨੇ ਮੁਝੇ ਦੀਆ ਹੈ ਉਸ ਕੇ ਤੋੜੇ ਕੋ ਆਪ ਲੋਕੋ ਤੱਕ ਪਹੁੰਚਾਉਣਾ ਚਾਹੂੰਗਾ। ਹਮਨੇ ਐਹਦਨਾਮਾ ਕੀ ਕਿਤਾਬ ਕੇ ਅੰਦਰ ਜਾਏਂਗੇ, ਤੋ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਪੰਜਾਬੀ, ਉਰਦੂ, ਇੰਗਲਿਸ਼ ਜੈਸੇ ਵੀ ਮੈਂ ਬੋਲ ਸਕੂੰ, ਮੈਂ ਆਪ ਤੱਕ ਖੁਦਾ ਕੇ ਕਲਾਮ ਕੀ ਜੋ ਬਾਤਾਂ ਹੈ ਵੋ ਪਹੁੰਚਾ ਸਕੂੰ। ਮੱਤੀ ਕੀ ਅੰਜੀਲ ਕੇ ਅੰਦਰ ਹਮ ਜਾਏਂਗੇ, ਔਰ ਮੱਤੀ ਕੀ ਅੰਜੀਲ ਹਮ ਉਸ ਕੇ 28 ਬਾਪ ਕੋ ਦੇਖੇਂਗੇ। ਉਸ ਕੇ ਅੰਦਰ ਯੂੰ ਲਿਖਾ ਹੈ, ਉਸ ਕਾ 28 ਬਾਪ ਔਰ ਉਸ ਕੀ 16 ਆਇਤ ਕੇ ਅੰਦਰ, ਚੈਪਟਰ 28 ਵਰਸ 16, ਉਸ ਮੇਂ ਯੂੰ ਲਿਖਾ ਹੈ, ਔਰ 11 ਸ਼ਗਿਰਦ ਗਲੀਲ ਕੇ ਉਸ ਪਹਾੜ ਪਰ ਗਏ ਜੋ ਯਿਸੂ ਨੇ ਉਨਕੇ ਲੀਏ ਮੁਕਰਰ ਕੀਆ ਥਾ, ਔਰ ਉਹਨੇ ਉਸੇ ਦੇਖ ਕਰ ਸਜਦਾ ਕੀਆ। ਬਾਜ਼ ਨੇ ਸ਼ੱਕ ਕੀਆ, ਯਿਸੂ ਨੇ ਪਾਸ ਆ ਕਰ ਉਨਸੇ ਬਾਤੇਂ ਕੀ ਔਰ ਕਹਾ ਕਿ ਆਸਮਾਨ ਔਰ ਜ਼ਮੀਨ ਕਾ ਕੁਲ ਇਖਤਿਆਰ ਮੁਝੇ ਦਿਆ ਗਿਆ ਹੈ, ਬਸ ਤੁਮ ਜਾ ਕਰ ਸਭ ਕੌਮੋ ਕੋ ਸ਼ਗਿਰਦ ਬਣਾਓ ਔਰ ਉਨਕੋ ਬਾਪ ਔਰ ਬੇਟੇ ਔਰ ਰੂਹ ਕੁਦਸ ਕੇ ਨਾਮ ਸੇ ਬਪਤਿਸਮਾ ਦੋ, ਔਰ ਉਨਕੋ ਯੇ ਤਾਲੀਮ ਦੋ ਕਿ ਇਨ ਸਭ ਬਾਤੋਂ ਪਰ ਅਮਲ ਕਰੇ ਜਿਨਕਾ ਮੈਨੇ ਤੁਮਕੋ ਹੁਕਮ ਦੀਆ, ਔਰ ਦੇਖੋ ਦੁਨੀਆ ਕੇ ਆਖਰ ਤੱਕ ਮੈਂ ਤੁਹਾਰੇ ਸਾਥ ਹੂੰ। ਮੇਰੇ ਅਜ਼ੀਜ਼ੋ, ਮੇਰੇ ਬਹਿਨ ਭਾਈਓ, ਅੱਜ ਕਿਉਂਕਿ ਵਕਤ ਕਾ ਬਹੁਤ ਇਹ ਵਕਤ ਬਹੁਤ ਤੇਜ਼ੀ ਕੇ ਸਾਥ ਜੋ ਹੈ ਮੇਰਾ ਜੋ ਟਾਈਮ ਯਹਾਂ ਪਰ ਮਕਲ ਕਿਆ, ਬੜੀ ਤੇਜ਼ੀ ਕੇ ਸਾਥ ਜੋ ਹੈ ਵੋ ਲਮਹਾਤ ਗੁਜ਼ਰਤੇ ਜਾ ਰਹੇ ਹੈ, ਸੈਕਿੰਡ ਮਿੰਟ, ਤਾਂ ਮੈਂ ਥੋੜ੍ਹੇ ਵਕਤ ਮੇਂ ਕੋਸ਼ਿਸ਼ ਕਰੂੰਗਾ ਕਿ ਜੋ ਖੁਦਾ ਕੇ ਕਲਾਮ ਕੀ ਬਾਤ ਹੈ ਵੋ ਆਪ ਤੱਕ ਪਹੁੰਚਾ ਸਕੂੰ। ਇਹ ਜੋ ਆਯਾਤ ਮੈਨੇ ਆਪ ਲੋਕੋ ਕੇ ਸਾਹਮਣੇ ਮੱਤੀ ਕੀ ਅੰਜੀਲ ਉਸਕੇ 28 ਬਾਪ ਕੀ 16 ਸੇ ਲੇਕਰ 20 ਆਯਾਤ ਆਪ ਲੋਕੋ ਕੇ ਸਾਹਮਣੇ ਜੋ ਤਲਾਵਤ ਫਰਮਾਈ ਹੈ ਖੁਦਾ ਕੇ ਕਲਾਮ ਮੇਂ ਸੇ ਪੜ੍ਹੀ ਹੈ, ਇਹ ਅਗਰ ਅਸੀਂ ਦੇਖਦੇ ਹਾਂ ਤਾਂ ਇਹ ਕਹਾਣੀ ਦੀਆਂ ਇਹ ਆਯਾਤ ਇਹ ਸਾਨੂੰ ਅੱਜ ਤੋਂ 2019 ਸਾਲ ਪਹਿਲੇ ਦੀ ਤਰਫ ਇਸ਼ਾਰਾ ਕਰਵਾਉਂਦੀਆਂ ਨੇ ਕਿ ਜਿਨੋਂ ਯਿਸੂ ਮਸੀਹ ਤੁਹਾਡੇ ਲਈ ਅਤੇ ਮੇਰੇ ਲਈ ਕੁੱਲ ਦੁਨੀਆ ਦੇ ਗੁਨਾਹਗਾਰਾਂ ਲਈ ਉਹਨੇ ਖੁਦਾ ਦਾ ਇਕਲੌਤਾ ਬੇਟਾ ਜਿਹੜਾ ਮੁਜੱਸਮ ਹੋ ਕੇ ਇਸ ਦੁਨੀਆ 'ਚ ਆਇਆ, ਉਹਨੇ ਇਨਸਾਨ ਔਰ ਖੁਦਾ ਦੇ ਦਰਮਿਆਨ ਜਿਹੜਾ ਇੱਕ ਰਾਬਤਾ ਬਾਗੇ ਆਦਮ ਤੋਂ ਟੁੱਟ ਚੁੱਕਿਆ ਸੀ, ਇੱਕ ਰਿਸ਼ਤਾ ਜਿਹੜਾ ਬਾਪ ਔਰ ਆਦਮ ਔਰ ਹਵਾ ਦੇ ਦਰਮਿਆਨ ਸੀ, ਜਿਹੜਾ ਅਬਲੀਸ ਦੇ ਵਿਆਹ 'ਚ ਤੋਂ ਟੁੱਟ ਚੁੱਕਾ ਸੀ, ਉਹਨੂੰ ਖਤਮ ਕਰਨ ਲਈ, ਉਸ ਦੀਵਾਰ ਨੂੰ ਗਰਾਉਣ ਲਈ ਖੁਦਾ ਨੇ ਆਪਣਾ ਜਿਹੜਾ ਕੀਮਤੀ ਲਹੂ ਔਰ ਆਪਣੀ ਕੁਰਬਾਨੀ ਇੱਕ ਬੇਬਰੇ ਦੀ ਤਰ੍ਹਾਂ
ਇੱਕ ਮੈਂਡੇ ਦੀ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਕੁਰਬਾਨ ਹੋਣ ਲਈ ਦੇ ਦਿੱਤਾ। ਔਰ ਇਹ ਜਿਹੜੀਆਂ ਆਯਾਤ ਹੈ ਇਹ ਦੱਸਦੀਆਂ ਕਿ ਜਿਨ੍ਹਾਂ ਨੇ ਕੋਈ ਕਲਵਰੀ 'ਤੇ ਆਪ ਸਾਡੇ ਲਈ ਆਪਣੇ ਹੱਥਾਂ 'ਚ ਕਿੱਲ ਲਗਵਾਏ, ਆਪਣੇ ਸਿਰ 'ਤੇ ਕੰਢਿਆਂ ਦਾ ਤਾਜ ਰਖਵਾਇਆ, ਆਪਣੇ ਮੂੰਹ 'ਤੇ ਥਕਵਾਇਆ, ਆਪਣੇ ਪਿੰਡੇ 'ਤੇ ਇੱਕ ਕੰਮ 39 ਘੋੜੇ ਖਾਧੇ, ਬਹੁਤ ਸਾਰੇ ਤਾਨੇ, ਗਾਲੀਆਂ ਸੁਣੀ, ਬਹੁਤ ਸਾਰੀ ਉਹਨੂੰ ਬਦਨਾਮ ਕੀਤਾ ਗਿਆ, ਬੇਇੱਜ਼ਤੀ ਕੀਤੀ ਗਈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਆਪਣੇ ਕਹਿਣ ਦੇ ਮੁਤਾਬਕ ਕਰੰਥੀਓ ਦੀ ਕਿਤਾਬ ਅਤੇ ਖੁਦਾ ਦੇ ਕਲਾਮ ਦੀ ਸਾਰੀਆਂ ਸੱਚਾਈਆਂ ਮੌਜੂਦ ਨੇ, ਪੇਸ਼ਨਗੋਈਆਂ, ਨਬੂਵਤਾਂ, ਹਰ ਚੀਜ਼ ਮੌਜੂਦ ਹੈ ਕਿ ਆਪਣੇ ਹੀ ਕਹਿਣ ਦੇ ਮੁਤਾਬਕ ਜਿਹਨੂੰ ਤੀਸਰੇ ਦਿਨ ਮੁਰਦਿਆਂ 'ਚੋਂ ਉੱਠ ਗਿਆ ਅਤੇ 40 ਦਿਨ ਤੱਕ ਉਹ ਆਪਣੇ ਚੇਲਿਆਂ ਨੂੰ, ਆਪਣੇ ਸ਼ਗਿਰਦੋਂ ਕੋ ਉਹ ਜੋ ਹੈ ਉਹ ਨਜ਼ਰ ਆਤਾ ਰਹਾ, ਉਨਸੇ ਬਾਤੇਂ ਕਰਤਾ ਰਹਾ, ਉਨਕੋ ਤਾਲੀਮ ਦਿੱਤਾ ਰਿਹਾ। ਔਰ ਜਬ ਉਸਕਾ ਬਾਪ ਕੇ ਪਾਸ ਜਾਣੇ ਕਾ ਜੋ ਹੈ ਵੋ ਵਕਤ ਪੂਰਾ ਹੋ ਗਿਆ, ਉਸਕੇ ਪਾਸ ਜਾਣੇ ਕਾ ਟਾਈਮ ਜੋ ਹੈ ਵੋ ਪੂਰਾ ਹੋ ਗਿਆ, ਤੋ ਜਾਤੇ ਹੋਏ ਉਸਨੇ ਆਪਣੇ ਸ਼ਗਿਰਦੋਂ ਕੋ ਵੋ ਜਗ੍ਹਾ ਜੋ ਗਲੀਲ ਕੇ ਪਾਸ ਤੀ, ਜੋ ਵੋ ਪਹਾੜ ਥਾ ਜਿਸ ਪਰ ਖੁਦਾਵੰਦ ਯਿਸੂ ਮਸੀਹ ਨੇ ਉਹਨੇ ਬੁਲਾਇਆ, ਔਰ ਉਨਕੋ ਕੁਛ ਜੋ ਤਲਕੀਨ ਕੀ, ਉਨਕੋ ਕੁਛ ਐਡਵਾਈਸ ਦੀ, ਉਹਨੇ ਕੁਛ ਕਮਾਂਡ ਦੀਆ, ਉਹਨੇ ਹੁਕਮ ਦੀਆ। ਅਬ ਖੁਦਾਵੰਦ ਯਿਸੂ ਮਸੀਹ ਨੇ ਇਹ ਕਿਆ ਕਹਾ, ਮੈਂ ਇੱਕ ਖੁਦਾ ਕਾ ਨੌਕਰ ਹੋਤੇ ਹੋਏ ਇਹ ਕਹਿਤਾ ਹੂੰ ਕਿ ਹਮ ਈਸਟਰ ਮਨਾਤੇ ਹੈ, ਹਮ ਜੀ ਉੱਠਣੇ ਕਾ ਰੈਜ਼ਰੈਕਸ਼ਨ ਡੇ ਮਨਾਤੇ ਹੈ, ਲੇਕਿਨ ਜਬ ਤੱਕ ਹਮ ਇਨ ਪਰ ਅਮਲ ਨਹੀਂ ਕਰਤੇ, ਹੋ ਕੈਨ ਵੀ ਕੋਲ ਟੂ ਦਾ ਸਰਵੈਂਟ ਆਫ ਗਾਡ, ਹੋ ਕੈਨ ਵੀ ਕੋਲ ਟੂ ਦਾ ਸਨ ਆਫ ਗਾਡ, ਹੋ ਕੈਨ ਵੀ ਕੋਲ ਟੂ ਦਾ ਡੋਟਰ ਆਫ ਜੀਸਸ ਕ੍ਰਾਈਸਟ। ਤੋ ਯਿਸੂ ਮਸੀਹ ਯਹਾਂ ਪਰ ਆਪਣੇ ਚੇਲੋਂ ਕੋ, ਖਾਸ ਕਰ ਜੈਸੇ ਮੈਂ ਹੂੰ ਉਸਕਾ ਚੇਲਾ ਹੈ, ਆਪ ਸਭ ਹੈ ਜੋ ਯਿਸੂ ਮਸੀਹ ਕੇ ਨਾਮ ਸੇ ਜਾਣੇ ਔਰ ਪਹਿਚਾਨੇ ਜਾਤੇ ਹੈ। ਉਸ ਵਕਤ ਕੇ ਚੇਲੋਂ ਕੋ ਯਿਸੂ ਮਸੀਹ ਨੇ 2019 ਸਾਲ ਪਹਿਲੇ ਕਿਆ ਕਹਿ ਰਿਹਾ ਹੈ, ਉਸ ਵਕਤ ਵੀ ਕੁਛ ਜੋ ਚੇਲੇ ਥੇ ਉਹਨੇ ਸ਼ੱਕ ਕੀਆ, ਜੈਸੇ ਆਜ ਵੀ ਜਬ ਕੋਈ ਮੌਜਜ਼ਾ ਹੋਤਾ ਹੈ ਤੋ ਸਭਸੇ ਪਹਿਲੇ ਇਨਸਾਨ ਹੋਤੇ ਹੋਏ ਹਮਾਰੇ ਜ਼ੇਨ ਕੇ ਅੰਦਰ ਡਾਊਟ ਜੋ ਚੀਜ਼ੇ ਹੈ ਵੋ ਪੈਦਾ ਹੋਤੀ ਹੈ। ਉਸ ਵਕਤ ਵੀ ਲਿਖਾ ਗਿਆ ਹੈ ਕਿ ਕੁਛ ਨੇ ਜੋ ਹੈ ਵਹਾਂ ਪਰ ਸ਼ੱਕ ਕੀਆ, ਤੋ ਕੁਛ ਨੇ ਸ਼ੱਕ ਕੀਆ ਤੇ ਯਿਸੂ ਨੇ ਉਨਸੇ ਬਾਤੇਂ ਕੀ, ਖੁਦਾਵੰਦ ਯਿਸੂ ਮਸੀਹ ਨੇ ਉਨਸੇ ਬਾਤੇਂ ਕੀ ਔਰ ਕਹਾ ਕਿ ਇਹ ਆਸਮਾਨ ਔਰ ਜ਼ਮੀਨ ਕਾ ਕੁੱਲ ਇਖਤਿਆਰ ਮੇਰੇ ਪਾਸ ਹੈ। ਅਬ ਹੁਕਮ ਕਿਆ ਥਾ, ਯਿਸੂ ਮਸੀਹ ਨੇ ਆਸਮਾਨ ਪਰ ਜਾਣੇ ਸੇ ਪਹਿਲੇ ਸਭਸੇ ਬੜਾ ਹੁਕਮ ਜੋ ਆਪਣੇ ਲੋਕੋ ਕੋ ਦੁਨੀਆ ਕੋ ਦੀਆ ਕਿ ਕੁੱਲ ਆਸਮਾਨ ਕਾ ਇਖਤਿਆਰ ਉਸਕੇ ਪਾਸ ਹੈ ਔਰ ਤੁਮ ਜਾਓ ਔਰ ਦੁਨੀਆ ਕੋ ਬਾਪ ਔਰ ਬੇਟੇ ਰੂਲ ਕੁਦਸ ਕੇ ਨਾਮ ਸੇ ਬਾਪਤਿਸਮਾ ਦੋ, ਉਹਨੇ ਤਾਲੀਮ ਦੋ ਕਿ ਵੋ ਯਿਸੂ ਮਸੀਹ ਕੋ ਕਬੂਲ ਕਰੇ, ਵੋ ਨਜਾਤ ਕੋ ਕਬੂਲ ਕਰੇ, ਵੋ ਭਟਕੀ ਰੂਹੀ ਹੈ, ਅਗਰ ਵੋ ਨਜਾਤ ਔਰ ਮੁਕਤੀ ਔਰ ਸਲਵੇਸ਼ਨ ਚਾਹਤੇ ਹੈ ਤੋ ਵੋ ਯਿਸੂ ਮਸੀਹ ਜੋ ਖੁਦਾ ਕਾ ਇਕਲੌਤਾ ਬੇਟਾ ਹੈ ਉਸਕੇ ਲਾਹੀ ਬੇਦੋ ਕੋ ਜਾਣੇ ਤਾਂ ਕਿ ਉਹਨੇ ਨਜਾਤ ਮਿਲ ਸਕੇ। ਤੋ ਖੁਦਾਵੰਦ ਯਿਸੂ ਮਸੀਹ ਕਾ ਪੇਗਾਮ ਹੈ, ਹਮ ਵੀ ਆਰ ਦਾ ਅੰਬੈਸਡਰ ਆਫ ਗਾਡ, ਹਮ ਪਾਕਿਸਤਾਨ ਮੈਂ, ਇੰਡੀਆ ਮੈਂ, ਇੰਗਲੈਂਡ ਮੈਂ, ਅਮੈਰੀਕਾ ਮੈਂ, ਤੋ ਮੈਂ ਇਹ ਸਭ ਕੋ ਇਹ ਕਹਿਤਾ ਹੂੰ ਕਿ ਹਮਾਰਾ ਇਹ ਫਰਜ਼ ਹੈ, ਇਟਸ ਆਵਰ ਡਿਊਟੀ, ਵੀ ਵਿਲ ਗੋ ਟੂ ਐਵਰੀ ਵੇਅਰ ਔਰ ਉਨ ਰੂਹੋਂ ਤੱਕ ਵੀ ਖੁਦਾ ਕਾ ਕਲਾਮ ਪਹੁੰਚਾਏ ਜੋ ਅਭੀ ਖੁਦਾ ਸੇ ਦੂਰ ਹੈ, ਤਾਂ ਕਿ ਵੋ ਨਜਾਤ ਪਾਏ, ਜ਼ਿੰਦਗੀ ਪਾਏ ਔਰ ਯਿਸੂ ਮਸੀਹ ਕੀ ਜੋ ਅਬਦੀ ਜ਼ਿੰਦਗੀ ਹੈ ਉਸਕੇ ਹਕੀਕੀ ਵਾਰਿਸ ਬਣਨੇ ਵਾਲੇ ਬਣ ਸਕੇ। ਖੁਦਾਵੰਦ ਯਿਸੂ ਮਸੀਹ ਆਪ ਕੋ ਔਰ ਮੁਝੇ ਔਰ ਹਮ ਸਭ ਕੋ ਖੁਦਾਵੰਦ ਕੇ ਕਲਾਮ ਕੇ ਮੁਤਾਬਕ ਜ਼ਿੰਦਗੀ ਗੁਜ਼ਾਰਨੇ ਕਾ ਔਰ ਉਸਕੀ ਨਜਾਤ ਔਰ ਫਜ਼ਲ ਮੇ ਜੋ ਹੈ ਚਲਨੇ ਕਾ ਫਜ਼ਲ ਅਤਾ ਕਰੇ। ਗੋਡ ਬਲੈਸ ਯੂ ਐਵਰੀ ਵਨ। ਥੈਂਕ ਯੂ ਪਾਸਟਰ ਜੀ, ਬਹੁਤ ਹੀ ਅੱਛਾ, ਬਹੁਤ ਹੀ ਲਾਈਫ ਸੇਵਿੰਗ ਮੈਸੇਜ ਸੀ ਕਿ ਖੁਦਾਵੰਦ ਯਿਸੂ ਮਸੀਹ ਤੋਂ ਬਗੈਰ ਆਪਣੀ ਕੋਈ ਨਹੀਂ ਜ਼ਿੰਦਗੀ। ਵੈਲ, ਵੀ ਵਿਸ਼ ਯੂ ਆਲ ਦ ਬੈਸਟ, ਖੁਦਾਵੰਦ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਮੇਰੇ ਭਰਾ, ਔਰ ਇਸ ਤਰ੍ਹਾਂ ਹੀ ਤੁਸੀਂ ਸੇਵਾ ਕਰਦੇ ਰਹੋ ਔਰ ਖੁਦਾਵੰਦ ਤੁਹਾਨੂੰ ਜਿੱਦਾਂ ਕਹਿੰਦੇ ਹੁੰਦੇ ਹੋਰ ਵੀ ਇੱਦਾਂ ਦੀਆਂ ਜਗ੍ਹਾ 'ਤੇ ਲੈ ਕੇ ਜਾਵੇ ਕਿ ਜਿੱਥੇ ਤੁਹਾਡੇ ਜਿਹੜੇ ਦੁਸ਼ਮਣ, ਆਪਣੇ ਜਿਹੜੇ ਦੁਸ਼ਮਣ ਹੈਗੇ ਉਹ ਵੀ ਤੁਹਾਡੇ ਨਾਲ ਪਿਆਰ ਕਰਨ। ਥੈਂਕ ਯੂ। ਮੇਰੀ ਵੀ ਇੱਕ ਦੁਆ ਹੈ ਕਿ ਖੁਦਾਵੰਦ ਯਿਸੂ ਮਸੀਹ ਦਾ ਜਿਹੜਾ ਤੁਸੀਂ ਕੰਮ ਸ਼ੁਰੂ ਕੀਤਾ ਕਈ ਸਾਲਾਂ ਤੋਂ, ਕਿਉਂਕਿ ਮੈਂ ਪਿਛਲੇ 18-19 ਸਾਲ ਤੋਂ ਤੁਹਾਨੂੰ ਜਾਣਦਾ, ਮੇਰੀ ਗੋ ਤੁਹਾਡੇ ਨਾਲ ਮੁਲਾਕਾਤ ਹੁਣ ਬੜੀ ਕਿਰਪਾ 'ਤੇ ਆ ਗਈ ਹੈ, ਅਤੇ ਖੁਦਾਵੰਦ ਯਿਸੂ ਮਸੀਹ ਇਸੇ ਤਰ੍ਹਾਂ ਤੁਹਾਨੂੰ, ਤੁਹਾਡੀ ਇਸ ਟੀਮ ਨੂੰ ਇਸਤੇਮਾਲ ਕਰਦਾ ਰਹੇ। ਇਹ ਜਿਹੜਾ ਤੁਸੀਂ ਇੱਥੇ ਬੁਲਾ ਕੇ ਲੋਕਾਂ ਨੂੰ ਕਲਾਮ ਕਰਦੇ ਹੋ, ਬਾਤ ਗੱਲਾਂ ਪੁੱਛਦੇ ਹੋ, ਇਹ ਕਿਸਮ ਦੀਆਂ ਚੱਲਦੀਆਂ ਫਿਰਦੀਆਂ ਟੈਸਟਾਂ ਬਣੀਆਂ ਨੇ, ਇਹਦੇ ਵਸੀਲੇ ਨਾਲ ਬਹੁਤ ਸਾਰੇ ਲੋਕਾਂ ਨੂੰ ਖੁਦਾ ਦਾ ਕਲਾਮ ਪਹੁੰਚਦਾ, ਬਹੁਤ ਸਾਰੀਆਂ ਸੱਚਾਈਆਂ ਸੁਣਨ ਦਾ ਮੌਕਾ ਮਿਲਦਾ, ਅਤੇ ਬਹੁਤ ਸਾਰੀਆਂ ਜ਼ਿੰਦਗੀਆਂ ਤੁਹਾਡੇ ਇਸ ਕੰਮ ਦੀ ਵਜ੍ਹਾ ਤੋਂ ਖੁਦਾ ਨੂੰ ਕਬੂਲ ਕਰਦਾ। ਮੈਂ ਗੋਡ ਬਲੈਸ ਯੂ ਅਤੇ ਤੁਹਾਡੀ ਟੀਮ ਨੂੰ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ। ਥੈਂਕ ਯੂ। ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦਾ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਖੁਦਾ ਦੇ ਖਾਦਮ ਪ੍ਰੋਗਰਾਮ ਵਿੱਚ ਆ ਕੇ ਹਿੱਸਾ ਲੈਂਦੇ ਹੈ। ਪਾਦੀ ਸਾਹਿਬ ਬਹੁਤ ਹੀ ਅੱਛੇ ਇਨਸਾਨ ਹੈ ਔਰ ਹਮੇਸ਼ਾ ਖੁਦਾ ਦੇ ਕੰਮਾਂ ਵਿੱਚ ਬਿਜ਼ੀ ਰਹਿੰਦੇ ਹੈ। ਖੁਦਾਵੰਦ ਇਸ ਤਰ੍ਹਾਂ ਹੀ ਇਹਨਾਂ ਨੂੰ ਰੱਖੇ। ਪਾਸਟਰ ਅਜਮਲ ਇਜ਼ ਅ ਵੈਰੀ ਲਵਿੰਗ, ਰਿਸਪੈਕਟਫੁਲ ਮੈਨ ਇਕੁਇਪਡ ਵਿਦ ਅ ਮਿਸ਼ਨਰੀਜ਼ ਹਾਰਟ, ਵਿਟਨੈਸਿੰਗ ਗੋਡਸ ਲਵ ਟੂ ਦ ਵਾਈਡਰ ਕਮਿਊਨਿਟੀ ਆਫ ਅਨਚਰਚਡ ਪੀਪਲ। ਵੈਲ, ਦੈਟਸ ਆਲ ਆਈਵ ਗਾਟ ਟਾਈਮ ਫੋਰ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਫੋਰ ਜੁਆਇਨਿੰਗ ਮੀ। ਅੰਟਿਲ ਨੈਕਸਟ ਟਾਈਮ, ਜੈ ਮਸੀਹ ਕੀ। ਐਂਡ ਯਾਦ ਰੱਖਣਾ, ਨੋਟੀਫਿਕੇਸ਼ਨ ਬਟਨ ਨੂੰ ਔਨ ਕਰ ਲੈਣਾ
ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਅਗਲੇ ਪ੍ਰੋਗਰਾਮ ਨੂੰ ਮਿਸ ਨਹੀਂ ਕਰਨਾ। ਦੇਖਦੇ ਰਹਿਣਾ ਔਰ ਬਰਕਤ ਪਾਉਣਾ।